ਜੇ ਆਪਾਂ ਕਿਸੇ ਨੂੰ ਔਖਾ ਕੱਢਦੇ ਹਾਂ ਜਾਂ ਆਪਾਂ ਉਹਨਾਂ ਨੂੰ ਗਾਲੀ ਗਲੋਚ ਜਾਂ ਕੁਛ ਵੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਵਰਤਦੇ ਹਾਂ ਤਾਂ ਉਹ ਸਾਰਾ ਦਿਨ ਖਰਾਬ ਹੋ ਜਾਂਦਾ। ਕੁਛ ਲੋਕ ਫੇਕ ਕਮਿਟਮੈਂਟ ਕਰਦੇ ਨੇ ਲੋਕਾਂ ਦੇ ਨਾਲ ਪੁਲਿਸ ਜੋਬ ਨੂੰ ਲੈ ਕੇ। ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿੰਸ ਦਿਓੜਾ ਗੱਲ ਕਰ ਰਿਹਾ ਜੀ, ਬਾਲਾਈ ਜੋਬ ਪਲੇਸਮੈਂਟ ਸਰਵਿਸ ਏਜੰਸੀ ਮੋਗਾ ਸਿਟੀ ਤੋਂ। ਅੱਜ ਆਪਣੇ ਨਾਲ ਅਵੈਲੇਬਲ ਨੇ ਜੀ ਬਰਾਵੋ ਸਿੰਘ, ਹੈੱਡ ਕੋਂਸਟੇਬਲ ਆਫ ਟ੍ਰੈਫਿਕ ਪੁਲਿਸ ਜੀ। ਅੱਜ ਇਹਨਾਂ ਨਾਲ ਆਪਾਂ ਜਿਹੜੀ ਗੱਲਬਾਤ ਸੁਣਾਂਗੇ, ਟ੍ਰੈਫਿਕ ਰੂਲਸ ਦੀ ਨਵੀਂ ਜਾਣਕਾਰੀ ਲਵਾਂਗੇ, ਤਾਂ ਕਿ ਜੋ ਵੀ ਮੇਰੇ ਭੈਣ ਭਰਾ ਨੇ ਜੋ ਕਿ ਜ਼ਿਆਦਾਤਰ ਡਰਾਈਵਿੰਗ ਦੇ ਵਿੱਚ ਰਹਿੰਦੇ ਨੇ, ਮਾਰਕੀਟ ਦੇ ਵਿੱਚ ਰਹਿੰਦੇ ਨੇ, ਅਤੇ ਉਹਨਾਂ ਨੂੰ ਕੁਛ ਨਵੇਂ ਰੂਬਰੂ ਕਰਾਇਆ ਜਾਵੇ, ਨਵੇਂ ਰੂਲਸ ਦੇ ਨਾਲ ਨਵੀਂ ਜਾਣਕਾਰੀ ਮਿਲੇ ਉਹਨਾਂ ਨੂੰ, ਤਾਂ ਕਿ ਉਹਨਾਂ ਚਲਾਨ ਜੋ ਕੱਟੇ ਜਾਂਦੇ ਨੇ ਡੇਲੀ ਦੀ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ, ਉਹ ਘੱਟ ਤੋਂ ਘੱਟ ਉਹਨਾਂ ਨੂੰ ਉਹ ਚੀਜ਼ ਤੱਕ ਮਤਲਬ ਕਿ ਉਹਨਾਂ ਨੂੰ ਨੁਕਸਾਨ ਨਾ ਹੋਵੇ, ਉਹਨਾਂ ਨੂੰ ਡਰਾਈਵਿੰਗ ਹੋਰ ਵੀ ਜ਼ਿਆਦਾ ਸਿਕਿਓਰ ਹੋ ਸਕੇ ਜੀ। ਅੱਜ ਆਪਾਂ ਗੱਲ ਕਰਾਂਗੇ ਬਰਾਵੋ ਸਿੰਘ ਨਾਲ। ਹੈਲੋ ਸਰ, ਕਿਆ ਹਾਲ ਚਾਲ ਆਪਕਾ ਜੀ? ਵਧੀਆ ਜੀ, ਤੁਸੀਂ ਦੱਸੋ ਜੀ ਆਪਣਾ। ਬਸ ਬਹੁਤ ਵਧੀਆ ਜੀ, ਅੱਜ ਆਪਾਂ ਸਾਰੇ ਭੈਣ ਭਰਾਵਾਂ ਨੂੰ ਇਹੀ ਸਮਝਾਵਾਂਗੇ ਕੀ ਫਾਇਦੇ ਨੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਦੇ ਅਤੇ ਕਿੱਦਾਂ ਫੋਲੋ ਕਰ ਸਕਦੇ ਨੇ ਜੀ, ਪਲੀਜ਼ ਸਰ। ਜੀ ਸਰ, ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਆਪਣੇ ਵੱਲੋਂ, ਅਤੇ ਤੁਹਾਡਾ ਥੈਂਕ ਯੂ ਸੋ ਮਚ ਜਿਹੜਾ ਤੁਸੀਂ ਮੈਨੂੰ ਆਪਣੇ ਆਫਿਸ ਦੇ ਵਿੱਚ ਬੁਲਾਇਆ, ਅਤੇ ਤੁਹਾਡਾ ਇੱਕ ਜਿਹੜਾ ਜੋਬ ਪਲੇਸਮੈਂਟ ਦੇ ਤੁਸੀਂ ਆਪਣਾ ਆਫਿਸ ਖੋਲਿਆ ਹੋਇਆ ਆਪਣਾ, ਤੁਸੀਂ ਬਹੁਤ ਵਧੀਆ ਸਰਵਿਸ ਦੇ ਰਹੇ ਹੋ, ਅਤੇ ਸਾਡੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਤੁਹਾਨੂੰ ਧੰਨਵਾਦ। ਅਤੇ ਦੂਸਰੀ ਗੱਲ, ਆਪਾਂ ਜਿਹੜੀ ਤੁਸੀਂ ਰੂਲਸ ਦੀ ਗੱਲ ਕਹੀ ਆ, ਇਹਦੇ ਵਿੱਚ ਕਾਫੀ ਕੁਛ ਆ ਜਾਂਦਾ, ਅਤੇ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੱਸਾਂ ਕਿ ਇਹਨਾਂ ਰੂਲ ਫੋਲੋ ਕਰਨ ਦੇ ਬੈਨੀਫਿਟਸ ਕੀ ਆ। ਆਪਾਂ ਸਭ ਤੋਂ ਪਹਿਲਾਂ ਤਾਂ ਬੈਨੀਫਿਟ ਤੁਹਾਨੂੰ ਮੈਂ ਇੰਸ਼ੋਰੈਂਸ ਦਾ ਸਮਝਾਊਂਗਾ ਕਿ ਜਿਹੜਾ ਕਿ ਇੰਸ਼ੋਰੈਂਸ ਆ ਆਪਣਾ, ਜਿਹੜੀ ਕੋਈ ਵੀ ਟੂ ਵੀਲਰ ਆ ਜਾਂ ਫੋਰ ਵੀਲਰ ਗੱਡੀਆਂ ਆਪਣੇ ਕੋਲ, ਜੇ ਆਪਣੇ ਕੋਲ ਇੰਸ਼ੋਰੈਂਸ ਹੁੰਦਾ ਅਤੇ ਬਾਈ ਚਾਂਸ ਆਪਣੇ ਕੋਲੋਂ ਕਦੀ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਜਿਵੇਂ ਕਿ ਆਪਣੇ ਕੋਈ ਆਪਣਾ ਐਕਸੀਡੈਂਟ ਹੋ ਗਿਆ ਛੋਟਾ ਮੋਟਾ, ਅਤੇ ਉਹਦੇ ਵਿੱਚ ਮੰਨ ਲਓ ਕਿਸੇ ਦਾ ਕੋਈ ਇੰਜਰੀ ਹੋ ਜਾਂਦੀ, ਮੇਜਰ ਇੰਜਰੀ ਹੋ ਜਾਂਦੀ ਆ, 2-4 ਲੱਖ 5 ਲੱਖ ਰੁਪਏ ਉਹਦੇ 'ਤੇ ਖਰਚਾ ਹੁੰਦਾ, ਜੇ ਮੰਨ ਲਓ ਆਪਾਂ ਕਿਸੇ ਦੇ ਵਿੱਚ ਆਪਣੀ ਕੋਲ ਗੱਡੀ ਲੱਗ ਜਾਂਦੀ ਹੈ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਕੰਪਲੇਂਟੈਂਟ ਨੂੰ ਆਪਾਂ ਨੂੰ ਕੁਛ ਪੈਸੇ ਦੇਣੇ ਪੈਂਦੇ ਆ ਟ੍ਰੀਟਮੈਂਟ ਕਰਵਾਉਣ ਵਾਸਤੇ, ਅਤੇ ਜੇ ਆਪਣੇ ਕੋਲ ਇੰਸ਼ੋਰੈਂਸ ਹੈ ਤਾਂ ਆਪਣਾ ਉਹ ਜਿੰਨਾ ਵੀ ਉਹਦਾ ਟ੍ਰੀਟਮੈਂਟ ਦਾ ਜਿਹੜਾ ਖਰਚਾ ਹੁੰਦਾ ਵਾ ਉਹ ਇੰਸ਼ੋਰੈਂਸ ਕੰਪਨੀ ਦਿੰਦੀ ਹੈ, ਸਭ ਤੋਂ ਵੱਡਾ ਬੈਨੀਫਿਟ ਇਹ ਆ। ਅਤੇ ਦੂਸਰੀ ਗੱਲ ਆ ਕਿ ਜੇ ਮੰਨ ਲਓ, ਦੇਖੋ ਆਪਾਂ, ਮੈਂ ਦਿੱਲੀ ਇੱਕ ਖੁਆਇਸ਼ ਸੀਗੀ ਕਿ ਮੈਂ ਇਹ ਵੀ ਗੱਲ ਦੱਸਾਂ ਲੋਕਾਂ ਨੂੰ ਕਿ ਜੇ ਆਪਾਂ ਮੰਨ ਲਓ ਆਪਣਾ ਸਾਰੇ ਦਿਨ ਦੇ ਵਿੱਚ 2 ਮਿੰਟ ਆਮ ਲੋਕਾਂ ਦੇ ਲਈ ਆਪਾਂ ਆਪਣੀ ਜ਼ਿੰਦਗੀ 'ਚੋਂ ਕੱਢਦੇ ਹਾਂ, ਸਿਰਫ 2 ਮਿੰਟਾਂ ਦੀ ਗੱਲ ਕਰ ਰਿਹਾ ਮੈਂ, ਪਲੀਜ਼ ਤੁਸੀਂ ਧਿਆਨ ਨਾਲ ਸੁਣਿਓ, ਸਿਰਫ 2 ਮਿੰਟ ਜਿਹਦੇ ਵਿੱਚ ਆਪਾਂ 10-10 ਸੈਕਿੰਡ ਜਾਂ 20 ਸੈਕਿੰਡ ਕਰਕੇ ਡਿਵਾਈਡ ਕਰਕੇ ਕਿਸੇ ਨਾ ਕਿਸੇ ਦਾ ਬੈਨੀਫਿਟ ਜਾਂ ਕਿਸੇ ਦੀ ਰਿਸਪੈਕਟ ਦੇ ਲਈ ਜਾਂ ਕਿਸੇ ਨੂੰ ਆਪਾਂ ਟਾਈਮ ਦੇ ਸਕਦੇ, ਜਿਵੇਂ ਕਿ ਮੰਨ ਲਓ ਆਪਾਂ ਕਿਤੇ ਰੈੱਡ ਲਾਈਟ 'ਤੇ ਆਪਾਂ ਨੂੰ ਖੜਨਾ ਪੈਂਦਾ, ਵੈਸੇ ਚਲੋ ਆਪਣੀ ਰੈੱਡ ਲਾਈਟ ਨਹੀਂ ਹੈਗੀ ਮੋਗੇ ਸ਼ਹਿਰ ਦੇ ਵਿੱਚ, ਜੇ ਮੰਨ ਲਓ ਆਪਾਂ ਨੂੰ ਕਿਤੇ ਟ੍ਰੈਫਿਕ ਲੱਗ ਜਾਂਦਾ ਅਤੇ ਆਪਾਂ ਕਿਸੇ ਸੀਨੀਅਰ ਸਿਟੀਜ਼ਨ ਜਾ ਰਿਹਾ, ਕੋਈ ਬੱਚਾ ਜਾ ਰਿਹਾ, ਕੋਈ ਬੱਚੀ ਜਾ ਰਹੀ ਹੈ, ਜੇ ਆਪਾਂ ਹਲਕਾ ਜਿਹਾ ਉਹਨੂੰ ਟਾਈਮ ਦੇ ਕੇ ਉਹਨੂੰ ਕਹਿੰਦੇ ਹਾਂ ਵੀ ਤੁਸੀਂ ਲੰਘ ਜਾਓ, ਮੈਂ ਕੋਈ ਗੱਲ ਨਹੀਂ, ਅਦਰ 10 ਸੈਕਿੰਡ ਜਾਂ 5 ਸੈਕਿੰਡ, 2 ਸੈਕਿੰਡ ਦਾ ਹੀ ਹੁੰਦਾ ਟਾਈਮ ਜ਼ਿਆਦਾ ਵੈਸੇ, ਇੰਨਾ ਟਾਈਮ ਆਪਾਂ ਕਿਸੇ ਨੂੰ ਦਿੰਦੇ ਹਾਂ ਅਤੇ ਉਹਦੇ ਨਾਲ ਉਹਨੂੰ ਵੀ ਰਿਸਪੈਕਟ ਫੀਲ ਹੁੰਦੀ ਆ ਅਤੇ ਉਹਦਾ ਸਾਰਾ ਦਿਨ ਵੀ ਅੱਛਾ ਲੰਘਦਾ। ਕਿ ਜੇ ਆਪਾਂ ਕਿਸੇ ਨੂੰ ਔਖਾ ਕੱਢਦੇ ਹਾਂ ਜਾਂ ਆਪਾਂ ਉਹਨਾਂ ਨੂੰ ਗਾਲੀ ਗਲੋਚ ਜਾਂ ਕੁਛ ਵੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਵਰਤਦੇ ਹਾਂ ਤਾਂ ਉਹ ਸਾਰਾ ਦਿਨ ਖਰਾਬ ਹੋ ਜਾਂਦਾ ਉਹਨਾਂ ਦਾ। ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਜੇ ਇਹਨਾਂ ਦੇ ਵਿੱਚ ਤੁਸੀਂ 2 ਮਿੰਟ ਜਿਹੜੇ ਮੈਂ ਤੁਹਾਨੂੰ ਕਿਹਾ ਇਹ ਸਾਰੇ ਦਿਨ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, 5-5, 10-10 ਸੈਕਿੰਡ ਲਾ ਕੇ, ਅਤੇ ਮੇਰੇ ਖਿਆਲ ਨਾਲ ਤੁਸੀਂ ਜੇ ਇਹ ਚੀਜ਼ਾਂ ਫੋਲੋ ਕਰੋਗੇ ਤਾਂ ਜ਼ਿੰਦਗੀ ਹੋਰ ਥੋੜ੍ਹੀ ਸੁਖਾਲੀ ਹੋ ਜੂਗੀ। ਅਤੇ ਹੋਰ ਦੂਸਰੀ ਗੱਲ ਆ ਕਿ ਤੁਸੀਂ ਜਿਹੜਾ ਡਾਕੂਮੈਂਟਸ ਬਾਰੇ ਪੁੱਛਿਆ, ਡਾਕੂਮੈਂਟਸ ਪਲੀਜ਼ ਤੁਸੀਂ ਸਾਰੇ ਪੂਰੇ ਕਰਕੇ ਰੱਖੋ, ਕੁਝ ਜ਼ਿਆਦਾ ਮਹਿੰਗੇ ਨਹੀਂ ਹੈਗੇ। ਪੋਲਿਊਸ਼ਨ ਦਾ ਜਿਹੜਾ ਚਲਾਨ ਆ ਜਿਹੜਾ ਇਹ 5,000 ਰੁਪਏ ਦਾ ਵਾ, ਪਰ ਸਿਰਫ ਉਹ 60-65 ਰੁਪਏ ਦੇ ਵਿੱਚ ਜਾਂ 50 ਰੁਪਏ ਦੇ ਵਿੱਚ ਹੋ ਜਾਂਦਾ, ਅਤੇ ਪਲੀਜ਼ ਤੁਸੀਂ ਇਹਨਾਂ ਚੀਜ਼ਾਂ ਦੀ ਧਿਆਨ ਰੱਖਿਆ ਕਰੋ ਕਿ ਆਪਣਾ ਡਾਕੂਮੈਂਟਸ ਸਾਰੇ ਪੂਰੇ ਹੋਣ, ਤਾਂ ਸਾਨੂੰ ਵੀ ਥੋੜ੍ਹੀ ਜਿਹਾ ਸਖਤਾਈ ਘੱਟ ਕਰਨੀ ਪਊਗੀ ਫਿਰ, ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਅੱਛਾ ਲੱਗੂਗਾ ਜੇ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ ਅਤੇ ਅਸੀਂ ਤੁਹਾਨੂੰ ਖੁਸ਼ੀ ਖੁਸ਼ੀ ਆਪਣੇ ਪੁਆਇੰਟ ਤੋਂ ਲੰਘਾਈਏ, ਅਤੇ ਤੁਹਾਨੂੰ ਨਹੀਂ ਫੀਲ ਹੋਊਗਾ ਜ਼ਿਆਦਾ ਵੀ ਕਹਿਣਾ, ਮਤਲਬ ਕਈ ਵਾਰੀ ਤੁਸੀਂ ਵੀ ਕਹਿੰਦੇ ਹੋ ਕਿ ਕੁਛ ਗਰੀਬ ਲੋਕ ਹੁੰਦੇ ਆ, ਕੰਮ ਕਾਰ ਵਾਲੇ ਹੁੰਦੇ ਆ, ਨਹੀਂ ਇੰਨੇ ਚਲਾਣ ਮਹਿੰਗੇ ਭਰੇ ਜਾਂਦੇ, ਇਹਨਾਂ ਚਲਾਣਾਂ ਤੋਂ ਬਚਣ ਲਈ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ, ਇਹ ਸਭ ਤੋਂ ਬੈਸਟ ਅੱਛੀ ਗੱਲ ਆ। ਅਤੇ ਬ੍ਰਾਵੋ ਜੀ, ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦੇ ਹਾਂ ਜੀ ਅਸੀਂ, ਮੈਂ ਤਾਂ ਇਹ ਕੁਐਸਚਨ ਆ ਕਾਫੀ ਮੇਰੇ ਭੈਣ ਭਰਾਵਾਂ ਦੇ ਕੁਸ਼ਚਨ ਨੇ ਇਹ, ਸਾਡੇ ਕੋਲ ਕਾਫੀ ਭੈਣ ਭਰਾ ਜੋਬ ਦੇ ਅਕੋਰਡਿੰਗ ਉਹਨੇ, ਵੈਸੇ ਅਸੀਂ ਕੋਈ ਸਰਕਾਰੀ ਜੋਬ ਵਿੱਚ ਸਾਡੀ ਡੀਲਿੰਗ ਨਹੀਂ ਹੋਈ, ਨਾ ਹੀ ਅਸੀਂ ਕਦੇ ਕੀਤੀ ਹੈ, ਬਟ ਕਾਫੀ ਇੱਦਾਂ ਹੁੰਦਾ ਵਾ ਵੀ ਕੁਛ ਲੋਕ ਫੇਕ ਕਮਿਟਮੈਂਟ ਕਰਦੇ ਨੇ ਲੋਕਾਂ ਦੇ ਨਾਲ ਪੁਲਿਸ ਜੋਬ ਨੂੰ ਲੈ ਕੇ, ਜਿਹਦੇ ਕਈ ਲੋਕਾਂ ਨੂੰ ਨੁਕਸਾਨ ਵੀ ਹੋ ਜਾਂਦਾ ਜੀ ਉਹ 'ਚ, ਕਾਫੀ
ਪੇਮੈਂਟ ਉਹਨਾਂ ਤੋਂ ਲੈ ਲਈ ਜਾਂਦੀ ਆ ਪਰ ਜੋਬ ਨਹੀਂ ਮਿਲਦੀ। ਤੁਸੀਂ ਪੁਲਿਸ ਜੋਬ ਦੇ ਬਾਰੇ ਕੀ ਸਮਝਾਉਣਾ ਚਾਹੋਗੇ ਜੋ ਕਿ ਵੀਰ ਤਿਆਰੀ ਕਰ ਰਹੇ ਨੇ ਪੁਲਿਸ ਜੋਬ ਦੇ ਵਿੱਚ ਜਾਣ ਵਾਸਤੇ, ਪੁਲਿਸ ਵਿੱਚ ਆਉਣ ਵਾਸਤੇ, ਹੈ ਨਾ, ਸਰਵਿਸ ਕਰਨ ਵਾਸਤੇ, ਗੌਰਮੈਂਟ ਵਾਸਤੇ? ਤੁਸੀਂ ਪਲੀਜ਼ ਇਹ 'ਤੇ ਚਾਨਣ ਪਾਓ ਜ਼ਰਾ ਵੀ ਉਹ ਭੈਣ ਭਰਾਵਾਂ ਲਈ ਉਹ ਕਿਤੋਂ ਬਚ ਕੇ ਰਹਿਣ, ਕੀ ਸਹੀ ਇਨਫੋਰਮੇਸ਼ਨ ਕਿੱਥੋਂ ਲੈ ਸਕਦੇ ਨੇ ਪੁਲਿਸ ਜੋਬ ਦੀਆਂ ਜੀ, ਪਲੀਜ਼ ਇਸ ਚੀਜ਼ ਬਾਰੇ ਚਾਨਣ ਪਾਓ ਜ਼ਰਾ। ਬਹੁਤ ਸੋਹਣਾ ਕੁਸ਼ਚਨ ਪੁੱਛਿਆ ਜੀ ਤੁਸੀਂ, ਅਤੇ ਮੈਂ ਤੁਹਾਨੂੰ ਸਾਰੇ ਯੰਗ ਜਨਰੇਸ਼ਨ ਜਿੰਨੇ ਵੀ ਹੈਗੇ ਮੁੰਡੇ ਕੁੜੀਆਂ ਆਪਣੇ, ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਦੀ ਜੋਬ ਹੈ ਗਵਰਨਮੈਂਟ ਜੋਬ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਆ। ਅਤੇ ਜੇ ਤੁਹਾਨੂੰ ਕੋਈ ਵੀ ਇਨਸਾਨ ਕਹਿੰਦਾ ਕਿ ਮੈਂ ਤੁਹਾਨੂੰ 1,00,000 ਰੁਪਏ ਲੈ ਕੇ ਭਰਤੀ ਕਰਵਾ ਦੂੰਗਾ, ਇਹ ਕਰਵਾ ਦੂੰਗਾ, ਉਹ ਕਰਵਾ ਦੂੰਗਾ, ਇਸ ਤਰ੍ਹਾਂ ਦਾ ਕੁਛ ਨਹੀਂ ਗਾ। ਪੰਜਾਬ ਪੁਲਿਸ ਬਹੁਤ ਹੀ ਪਾਰਦਰਸ਼ਤਾ ਨਾਲ ਇਹਦੀ ਜਿਹੜੀ ਚੋਣ ਹੁੰਦੀ ਹੈ, ਜਿੰਨੇ ਵੀ ਆਪਣੇ ਕੌਂਸਟੇਬਲ ਜਾਂ ਜਿੰਨੇ ਵੀ ਆਪਣੇ ਰੈਂਕ ਹਾਈ ਰੈਂਕ ਦੇ ਵੀ ਜਿੰਨੇ ਵੀ ਜੁਆਇਨਿੰਗ ਹੁੰਦੀ ਹੈ, ਇਹ ਆਪਣੀ ਜਿੰਨੀ ਕੁਆਲੀਫਿਕੇਸ਼ਨ ਅਤੇ ਸਾਰਾ ਕੁਛ ਹਾਈਟ ਦੇ ਅਕੋਰਡਿੰਗ ਦੇਖ ਕੇ ਹੀ ਇਹਨੂੰ ਆਪਣਾ ਜੋਬ ਦਿੱਤੀ ਜਾਂਦੀ ਕਿਸੇ ਵੀ ਯੰਗ ਮੁੰਡੇ ਜਾਂ ਕੁੜੀ ਨੂੰ। ਇਹਦੇ ਵਿੱਚ ਕੋਈ ਪੈਸਾ ਧੇਲਾ ਨਹੀਂ ਚੱਲਦਾ ਗਾ ਜੀ, ਬਟ ਇੰਝ ਵੀ ਹੁਣ ਭਰਤੀ ਆਉਣ ਵਾਲੀ ਹੈ ਥੋੜ੍ਹੀ ਦੇਰ ਤੱਕ, ਅਤੇ ਤੁਸੀਂ ਜਿਵੇਂ ਦੇਖਿਆ ਹੋਊਗਾ ਮੋਗੇ ਸ਼ਹਿਰ ਦੇ ਵਿੱਚ ਐਸ ਐਸ ਪੀ ਸਾਹਿਬ ਸਰਦਾਰ ਹਰਮਨਵੀਰ ਸਿੰਘ ਜੀ ਗੱਲ ਲੱਗੇ ਆ, ਉਹਨਾਂ ਨੇ ਆਪਣਾ ਯੰਗ ਜਨਰੇਸ਼ਨ ਜਿੰਨੀ ਵੀ ਹੈਗੀ ਉਹਨਾਂ ਦੇ ਬੈਨੀਫਿਟ ਲਈ ਪੁਲਿਸ ਲਾਈਨ ਦੇ ਵਿੱਚ 1-2 ਸਾਡੇ ਆਫਿਸਰ ਨਿਯੁਕਤ ਕੀਤੇ ਆ ਕਿ ਜਿਹੜੇ ਉਹਨਾਂ ਨੂੰ ਦਿੰਦੇ ਆ ਜੀ ਇਹ ਨੌਲੇਜ ਜਿੰਨੀ ਵੀ ਹੈਗੀ ਆ, ਵੀ ਜਿਵੇਂ ਰਨਿੰਗ ਦੀ ਰਨਿੰਗ ਕਰਵਾਉਂਦੇ ਆ ਜਾਂ ਹੋਰ ਕੋਈ ਫਿਜ਼ੀਕਲ ਐਕਟੀਵਿਟੀ ਕਰਵਾਉਂਦੇ ਆ, ਅਤੇ ਉਹਦੇ ਨਾਲ ਤੁਸੀਂ ਉਹ ਪੁਲਿਸ ਲਾਈਨ ਦੇ ਵਿੱਚ ਜਾ ਕੇ ਜਾਓ, ਅਤੇ ਉੱਥੇ ਜਾ ਕੇ ਉਹਨਾਂ ਤੋਂ ਰਾਏ ਮਸ਼ਵਰਾ ਕਰਕੇ ਜਿਵੇਂ ਵੀ ਤੁਹਾਨੂੰ ਜਿਹੜੀ ਚੀਜ਼ ਦੀ ਕਮੀ ਲੱਗਦੀ, ਜੇ ਤੁਹਾਡੇ ਕੋਲ ਇੰਝ ਲੱਗਦਾ ਵੀ ਤੁਹਾਡੇ ਤੋਂ ਰਨਿੰਗ ਨਹੀਂ ਹੋਊਗਾ, ਤਾਂ ਉੱਥੇ ਜਾ ਕੇ ਪ੍ਰੈਕਟਿਸ ਕਰੋ, ਅਤੇ ਰੱਬ ਕਰੇ ਤੁਹਾਨੂੰ ਤੁਸੀਂ ਭਰਤੀ ਹੋ ਜਾਓਗੇ। ਬਟ ਕਿਸੇ ਦੇ ਵੀ ਝਾਂਸੇ ਵਿੱਚ ਨਹੀਂ ਆਉਣਾ ਗਾ, ਅਤੇ ਪੈਸੇ ਧੇਲੇ ਦੀ ਕੋਈ ਗੱਲਬਾਤ ਨਹੀਂ, ਬਸ ਤੁਸੀਂ ਆਪਣੀ ਫਿਜ਼ੀਕਲ ਜਿਹੜਾ ਹੈਗਾ ਜਿਹੜਾ ਫਿਜ਼ੀਕਲ ਜਿਹੜਾ ਹੁੰਦਾ ਟਾਸਕ ਆਪਣਾ ਉਹਦੇ ਲਈ ਪ੍ਰੈਕਟਿਸ ਕਰੋ, ਅਤੇ ਹੋ ਜਾਓਗੇ ਤੁਸੀਂ ਭਰਤੀ। ਜਿੰਨੇ ਵੀ ਯੰਗ ਮੁੰਡੇ ਕੁੜੀਆਂ ਸਾਨੂੰ ਮੈਨੂੰ ਫੋਨ ਆਉਂਦੇ ਰਹੋ ਜੀ, ਅਤੇ ਕੋਈ ਪੈਸੇ ਧੇਲੇ ਦੀ ਗੱਲਬਾਤ ਨਹੀਂ ਹੋ ਇਹਦੇ ਵਿੱਚ ਹੋਊਗੀ। ਅਤੇ ਬਰਾਵੋ ਸਿੰਘ ਜੀ, ਇਹਦੇ ਵਿੱਚ 2-3 ਕੁਸ਼ਚਨ ਹੋਰ ਵੀ ਨੇ ਜੋ ਕਿ ਮੇਰੇ ਬ੍ਰਦਰ ਨੇ ਜਾਂ ਸਿਸਟਰ ਨੇ, ਜੋ ਕਿ ਪੁਲਿਸ ਦੀਆਂ ਭਰਤੀਆਂ ਦੀ ਜੋ ਟ੍ਰੇਨਿੰਗ ਰੈਗੂਲਰ ਉਹਨਾਂ ਦੀ ਮੁਸ਼ਕਤ ਹੈ, ਜੋ ਵੀ ਉਹ ਐਫਰਟ ਲਗਾਉਂਦੇ ਨੇ ਵੀ ਉਸ ਜੋਬ ਨੂੰ ਪਾਉਣ ਵਾਸਤੇ, ਅਤੇ ਮੇਰਾ ਇਰਾਦਾ ਵਾ ਨੈਕਸਟ ਜਦੋਂ ਆਪਣੀ ਸਿਟਿੰਗ ਹੋਵੇ ਨਾ ਉਹਨਾਂ ਨੂੰ ਇੱਕ ਡਾਇਟ ਪਲਾਨ ਜ਼ਰੂਰ ਦਈਏ ਆਪਾਂ ਜੀ, ਇੱਕ ਡਾਇਟ ਪਲਾਨ ਦਈਏ ਇੱਕ ਉਹਨਾਂ ਨੂੰ ਜੋ ਕਿ ਉਹ ਐਕਟੀਵਿਟੀਜ਼ ਫਿਜ਼ੀਕਲ ਐਕਟੀਵਿਟੀਜ਼ ਨੇ ਉਹਨਾਂ ਦੀ ਕੁਛ ਆਪਾਂ ਡਿਟੇਲਸ ਦਈਏ, ਤਾਂ ਕਿ ਤੁਹਾਡਾ ਆਪਣਾ ਐਕਸਪੀਰੀਅੰਸ ਵੀ ਉਹਨਾਂ ਨਾਲ ਕੁਛ ਸ਼ੇਅਰ ਕੀ ਕਰੀਏ ਆਪਾਂ, ਵੀ ਤੁਸੀਂ ਇਸ ਜੋਬ ਨੂੰ ਕਿਵੇਂ ਪ੍ਰਾਪਤ ਕੀਤਾ, ਕਿੰਨੀ ਕੁ ਮੁਸ਼ਕਤ ਤੁਸੀਂ ਝੇਲੀ ਆ, ਕਿੰਨੇ ਕੁ ਤੁਸੀਂ ਐਫਰਟ ਕੀਤੇ ਨੇ ਆਖਰ ਇੱਥੋਂ ਤੱਕ ਪਹੁੰਚਣ ਵਾਸਤੇ, ਅੱਜ ਤੁਸੀਂ ਇੱਕ ਹੈੱਡ ਕੋਂਸਟੇਬਲ ਹੋ ਜੀ, ਆਖਰ ਇੱਕ ਈਜ਼ੀ ਨਹੀਂ ਹੁੰਦਾ ਕਿ ਇਸ ਰੈਂਕ ਨੂੰ ਅਚੀਵ ਕਰਨਾ ਜੀ, ਤੁਹਾਡੀਆਂ ਜੋ ਆਪਣੀਆਂ ਪਰਸਨਲ ਗੱਲਾਂ ਵੀ ਜ਼ਰੂਰ ਸ਼ੇਅਰ ਕਰਾਂਗੇ। ਜੇ ਤੁਸੀਂ ਮੇਰੇ ਬ੍ਰਦਰ ਸਿਸਟਰ ਕਮੈਂਟ ਕਰੋਗੇ, ਜੇ ਪੁੱਛਣਾ ਚਾਹੋਗੇ, ਡਿਟੇਲ ਲੈਣਾ ਚਾਹੋਗੇ, ਜ਼ਰੂਰ ਅਸੀਂ ਨੈਕਸਟ ਵੀਡੀਓ ਦਾ ਇਸ ਦਾ ਨੈਕਸਟ ਪਾਰਟ ਜ਼ਰੂਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਜਾਂ ਤੁਸੀਂ ਵੀ ਕੁਛ ਪੁੱਛਣਾ ਚਾਹੁੰਦੇ ਹੋ, ਕੋਈ ਡਿਟੇਲ ਤੁਹਾਡੇ ਮਨ 'ਚ ਆ ਪੁਲਿਸ ਦੀ ਜੋਬ ਨੂੰ ਲੈ ਕੇ, ਬਾਲਾਈ ਜੋਬ ਪਲੇਸਮੈਂਟ ਨੂੰ ਲੈ ਕੇ, ਤੁਸੀਂ ਪਲੀਜ਼ ਉਹ ਕਮੈਂਟ ਬੋਕਸ ਵਿੱਚ ਸਾਨੂੰ ਦੱਸ ਸਕਦੇ ਹੋ, ਤਾਂ ਕਿ ਅਸੀਂ ਉਹਦੇ 'ਤੇ ਇੱਕ ਵੀਡੀਓ ਬਣਾ ਕੇ ਤੁਹਾਡੇ ਮੂਹਰੇ ਫਿਰ ਅਸੀਂ ਇੱਦਾਂ ਹੀ ਰੂਬਰੂ ਹੋ ਸਕੀਏ। ਅਤੇ ਨੈਕਸਟ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਜੀ, ਇੱਕ ਡਾਕੂਮੈਂਟਸ ਨੂੰ ਲੈ ਕੇ ਲੋਕ ਅਵੇਅਰ ਨਹੀਂ ਰਹਿੰਦੇ ਵੈਸੇ ਆਪਣੇ, ਉਮਰ ਉਹਨਾਂ ਦੀ ਕਾਫ਼ੀ ਜ਼ਿਆਦਾ ਹੋ ਗਈ ਹੁੰਦੀ ਆ, ਬਟ ਉਹਨਾਂ ਕੋਲ ਲਾਇਸੈਂਸ ਤੱਕ ਨਹੀਂ ਬਣਦਾ ਹੈਗਾ, ਉਹ ਕਹਿੰਦੇ ਨੇ ਜੀ ਸਾਡਾ ਚੱਲਦਾ। ਤੁਸੀਂ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਵੀ ਜੋ ਲੋਕਾਂ ਦੀ ਮੈਂਟੈਲਿਟੀ ਇਸ ਤਰੀਕੇ ਦੀ ਆ, ਜੋ ਕਿ ਕਾਫ਼ੀ ਹੱਦ ਤੱਕ ਆਪਣੇ ਪੈਸੇ ਨੂੰ ਖਰਾਬ ਕਰ ਦਿੰਦੇ ਨੇ ਨਾਕਿਆਂ 'ਤੇ ਪਰ ਲਾਇਸੈਂਸ ਨਹੀਂ ਬਣਵਾਉਂਦੇ, ਇੱਕ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂ, ਬਹੁਤ ਅੱਛਾ ਕੁਸ਼ਚਨ ਹੈ ਜੀ ਤੁਹਾਡਾ। ਤੁਹਾਨੂੰ ਮੈਂ ਦੱਸਾਂ ਜੀ, ਵੈਸੇ ਸਾਨੂੰ ਇਹ ਚੀਜ਼ਾਂ ਜ਼ਿਆਦਾ ਲੋਕ ਰੋਜ਼ ਹੀ ਫੇਸ ਕਰਨੀਆਂ ਪੈਂਦੀਆਂ ਕਿ ਲੋਕ ਡਾਕੂਮੈਂਟਸ ਨਹੀਂ ਹੁੰਦੇ ਜਾਂ ਉਹ ਬਹਾਨੇਬਾਜ਼ੀ ਕਰਦੇ ਕਿ ਮੈਂ ਜੀ ਬਾਈਕ ਧੋਣ ਲੱਗਾ ਸੀਗਾ ਜੀ, ਮੈਂ ਘਰ ਛੱਡ ਤੇ ਜੀ, ਜਾਂ ਮੇਰੇ ਘਰ ਰਹਿ ਗਏ, ਇਸ ਤਰ੍ਹਾਂ ਦੀ ਬਹਾਨੇਬਾਜ਼ੀ ਤੋਂ ਪਲੀਜ਼ ਤੁਸੀਂ ਬਚੋ ਅਤੇ ਪੁਲਿਸ ਦਾ ਸਾਥ ਦਿਓ ਨਾਲ, ਅਤੇ ਆਪਣੇ ਡਾਕੂਮੈਂਟਸ ਜਿਵੇਂ ਹੀ ਤੁਸੀਂ 18 ਸਾਲ ਦੇ ਹੁੰਦੇ ਆ ਤਾਂ ਤੁਸੀਂ ਆਪਣਾ ਜਿਹੜੇ DC ਆਫਿਸ ਆਪਣੇ ਸਾਰੇ ਉੱਥੇ ਡਿਪਾਰਟਮੈਂਟ ਆ, ਵੱਖੋ ਵੱਖਰੇ ਡਿਪਾਰਟਮੈਂਟ ਬਣੇ ਹੋਏ ਆ ਜਿੱਥੇ ਆਪਾਂ ਈਜ਼ੀਲੀ ਅਪਲਾਈ ਕਰ ਸਕਦੇ ਆਪਣਾ ਆਧਾਰ ਕਾਰਡ ਜਾਂ ਆਪਣਾ ਵੋਟਰ ਕਾਰਡ ਵਗੈਰਾ ਲਿਜਾ ਕੇ ਤੁਸੀਂ, ਅਤੇ ਉਹ ਅਪਲਾਈ ਕਰ ਸਕਦੇ, ਕੁਛ ਜ਼ਿਆਦਾ ਖਰਚਾ ਵੀ ਨਹੀਂ ਹੈਗਾ ਇਹਦੇ 'ਤੇ। ਅਤੇ ਦੂਸਰੀ ਗੱਲ ਆ ਕਿ ਤੁਸੀਂ ਜਿਹੜਾ ਜੀ, ਮੈਂ ਤੁਹਾਨੂੰ ਇੱਕ ਨਿੱਜੀ ਤੌਰ 'ਤੇ ਕਿਰਾਇਆ ਦੇਣਾ ਚਾਹੁੰਦਾ ਕਿ ਜੇ ਤੁਸੀਂ ਕੋਈ ਵੀ ਪੋਲੀਟੀਕਲ ਜਾਂ ਕੋਈ ਵੀ ਅਪਰੋਚ ਰੱਖਦੇ ਹੋ ਤਾਂ ਉਸ ਚੀਜ਼ ਨੂੰ ਯੂਜ਼ ਕਰਨ ਦੀ ਬਜਾਏ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ ਅਤੇ ਇੱਕ ਚੰਗਾ ਵਿਵਹਾਰ ਕਰੋ, ਅਤੇ ਸਾਡੇ ਕੋਲੋਂ ਵੀ ਉਹੀ ਐਕਸੈਪਟ ਕਰ ਸਕਦੇ ਹੋ ਤੁਸੀਂ ਵੀ, ਜੇ ਅਸੀਂ ਤੁਸੀਂ ਅੱਛਾ ਕਰੋਗੇ ਤਾਂ ਅਸੀਂ ਵੀ ਤੁਹਾਨੂੰ, ਇਹ ਕੋਈ ਵੀ ਮੈਨੂੰ ਲੱਗਦਾ ਕਿ ਕੋਈ ਵੀ ਪੁਲਿਸ ਅਫਸਰ ਪਾਗਲ ਨਹੀਂ ਹੁੰਦਾ ਗਾ ਕਿ ਉਹ ਤੁਹਾਨੂੰ ਗਲਤ ਬੋਲੂਗਾ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਗਲਤ ਕਮੈਂਟ ਕਰੂਗਾ। ਤੁਸੀਂ ਸਾਡਾ ਸਾਥ ਦਿਓ ਅਤੇ ਅਸੀਂ ਤੁਹਾਡੇ ਲਈ ਦਿਨ ਰਾਤ ਲਈ ਬਿਲਕੁਲ ਤਿਆਰ ਖੜ੍ਹੇ ਹਾਂ। ਜਿਵੇਂ ਕਿ ਹੁਣ ਥੋੜ੍ਹੇ ਦਿਨ ਪਹਿਲਾਂ SSP ਸਾਹਿਬ ਨੇ, ਸਾਡੇ ਸਰਦਾਰ ਹਰਮਨਵੀਰ ਸਿੰਘ ਗਿੱਲ ਜੀ, ਉਹਨਾਂ ਨੇ ਸਾਨੂੰ ਇੱਕ ਮੈਸੇਜ ਪਾਇਆ ਗਰੁੱਪ ਦੇ ਵਿੱਚ
ਵੀ ਹਰ ਰੋਜ਼ ਇੱਕ ਪੁਲਿਸ ਆਫਿਸਰ ਇੱਕ ਤਾਂ ਕੰਮ ਜ਼ਰੂਰ ਦੁਨੀਆ ਦੇ ਲਈ ਆਮ ਲੋਕਾਂ ਦੇ ਲਈ ਅੱਛਾ ਕੰਮ ਕਰੇ ਅਤੇ ਉਹਦੀ ਵੀਡੀਓ ਜਾਂ ਫੋਟੋ ਪਾਵੇ ਸਾਨੂੰ ਗਰੁੱਪ ਦੇ ਵਿੱਚ। ਇਸ ਦਾ ਮਤਲਬ ਕਿ ਜੇ ਸਾਡੇ ਐਸ ਐਸ ਪੀ ਸਾਹਿਬ ਸਾਨੂੰ ਕਹਿੰਦੇ ਆ ਕਿ ਤੁਸੀਂ ਅੱਛਾ ਕੰਮ ਕਰਦੇ ਹੋ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਸਾਡਾ ਡਿਪਾਰਟਮੈਂਟ ਕਿਸ ਤਰ੍ਹਾਂ ਦੇ ਐਫਰਟ ਕਰ ਰਿਹਾ ਆਮ ਲੋਕਾਂ ਦੇ ਲਈ। ਤੁਹਾਡੇ ਬਸ ਸਿਰਫ ਇੱਕ ਸਾਥ ਦੀ ਲੋੜ ਆ। ਅਤੇ ਜਿਵੇਂ ਕਿ ਸਾਡੇ ਐਸ ਐਸ ਪੀ ਸਾਹਿਬ ਬਹੁਤ ਹੀ ਅੱਛੇ, ਜੋ ਮੈਂ ਕਹਿੰਦਾ ਕਿ ਉਹਨਾਂ ਦੇ ਲਈ ਇੱਕ ਜਿੰਨੇ ਵੀ ਸ਼ਬਦ ਕਹੀਏ ਉਹ ਘੱਟ ਨੇ, ਬਹੁਤ ਵਧੀਆ ਅਫਸਰ ਲੱਗੇ ਨੇ। ਅਤੇ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਕਿ ਮੇਰੇ ਸ਼ਹਿਰ ਦੇ ਜਿੰਨੇ ਵੀ ਆਮ ਸਿਵਲੀਅਨ ਆ ਉਹਨਾਂ ਦੇ ਲਈ ਇੱਕ ਸੁਨਹਿਰੀ ਮੌਕਾ ਕਿ ਆਪਣੇ ਸ਼ਹਿਰ ਨੂੰ ਅੱਛਾ ਸਿਸਟਮ ਦੇ ਸਕਦੇ ਹਾਂ ਅਸੀਂ, ਜੇ ਅਸੀਂ ਐਸ ਐਸ ਪੀ ਸਾਹਿਬ ਦੇ ਕਹਿਣ ਦੇ ਹਿਸਾਬ ਦੇ ਨਾਲ ਚੱਲੀਏ। ਅਤੇ ਬਿਲਕੁਲ ਜੀ। ਅਤੇ ਦੂਸਰੀ ਗੱਲ ਹੈ ਵੀ ਇੱਕ ਮੈਂ ਆਪਣੇ ਵੱਲੋਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਜੇ ਕੋਈ ਇਸ ਵੀਡੀਓ ਨੂੰ ਕੋਈ ਟੀਚਰ ਜਾਂ ਕੋਈ ਵੀ ਜਿਹੜਾ ਹੈਗੇ ਆ ਸਕੂਲਿੰਗ ਦੇ ਵਿੱਚ ਜੋਬ ਕਰਦੇ ਆ, ਉਹ ਇਸ ਚੀਜ਼ ਨੂੰ ਪਲੀਜ਼ ਥੋੜ੍ਹਾ ਜਿਹਾ ਖਿਆਲ 'ਚ ਰੱਖਿਓ। ਜਿਵੇਂ ਜੂਨ ਜੁਲਾਈ ਦੀਆਂ ਛੁੱਟੀਆਂ ਹੁੰਦੀਆਂ, ਜਿਵੇਂ ਹੁਣ ਜੁਲਾਈ ਮਹੀਨਾ ਚੱਲ ਰਿਹਾ, ਅਤੇ ਤੁਸੀਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇੱਕ ਛੋਟਾ ਜਿਹਾ ਹੋਮਵਰਕ ਪਲੀਜ਼ ਜ਼ਰੂਰ ਦਿਓ ਕਿ ਜਿਵੇਂ ਟ੍ਰੀਜ਼, ਜਿਵੇਂ ਹੋਮਵਰਕ ਦੇ ਵਿੱਚ ਇੱਕ ਤਾਂ ਦਰਖਤ ਉਹ ਪਾ ਨਹੀਂ ਸਕਦਾ ਬੱਚਾ, ਛੋਟਾ ਬੱਚਾ, ਅਤੇ ਤੁਸੀਂ ਜੇ ਉਸ ਚੀਜ਼ ਨੂੰ ਲਾਗੂ ਕਰਵਾਓ ਤਾਂ ਮੇਰੇ ਖਿਆਲ ਨਾਲ ਜਿਹੜੀ ਆਪਣੀ ਆਹ ਟ੍ਰੀਜ਼ ਦੀ ਪ੍ਰੋਬਲਮ ਚੱਲ ਰਹੀ ਹੈ ਜਾਂ ਵੈਦਰ ਬਹੁਤ ਹੀਟ ਦੇ ਵਿੱਚ ਹੋ ਰਿਹਾ, ਜਿਵੇਂ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੀ ਇੰਨੀ ਭੂਗੋਲਿਕ ਅਵਸਥਾ ਜਿਹੜੀ ਹੈਗੀ ਹੈ ਪੰਜਾਬ ਦੀ ਇੰਨੀ ਜ਼ਿਆਦਾ ਹੀਟ ਵਾਲੀ ਨਹੀਂ ਹੈਗੀ, ਅਤੇ ਉਹਦੇ ਹਿਸਾਬ ਨਾਲ ਜੇ ਆਪਾਂ ਸਾਰੇ ਇੱਕ ਦੋ ਦੋ ਦਰਖਤ ਲਾਈਏ ਤਾਂ ਬਹੁਤ ਜਲਦੀ ਇੱਕ ਸਿਸਟਮ ਨੂੰ ਠੀਕ ਕਰ ਸਕਦੇ ਹਾਂ ਆਪਾਂ ਜਿਹੜੀ ਆਕਸੀਜਨ ਵਾਲੀ ਪ੍ਰੋਬਲਮ ਆ। ਜਿਵੇਂ ਬਰਾਵੋ ਸਿੰਘ ਜੀ, ਜਿਵੇਂ ਸਾਡੇ ਵੀ ਇੱਕ ਕੰਪਨੀ ਦਾ ਇਹ ਕੰਸੈਪਟ ਅਸੀਂ ਲਾਂਚ ਕੀਤਾ ਸੀਗਾ ਵੀ ਤਾਂ ਕਿ ਜੇ ਵੀ ਜੋ ਵੀ ਕੋਈ ਬ੍ਰਦਰ ਸਿਸਟਰ ਸਾਡੇ ਕੋਲੋਂ ਜੋਬ ਲੈਣਾ ਚਾਹੁੰਦਾ ਉਹ 5 ਪੇੜ ਲਗਾ ਕੇ ਸਾਡੇ ਕੋਲੋਂ ਡਿਸਕਾਊਂਟ ਲੈ ਸਕਦਾ ਜੀ। ਬਹੁਤ ਅਸੀਂ ਚਾਹੁੰਦੇ ਹਾਂ ਹਰ ਇੱਕ ਭੈਣ ਭਰਾ ਜੋ ਵੀ ਸਾਡੇ ਕੋਲੋਂ ਜੋਬ ਲਵੇ ਡਿਸਕਾਊਂਟ ਦੇਣ ਨੂੰ ਅਸੀਂ ਤਿਆਰ ਬੈਠੇ ਹਾਂ ਕਿ ਤੁਸੀਂ 5 ਪੇੜ ਲਾਉਣ ਨੂੰ ਤਿਆਰ ਹੋ। ਅਤੇ ਇੱਕ ਜੋ ਕਿ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਟ੍ਰੈਫਿਕ ਰੂਲਸ ਦੀ, ਸਾਰੇ ਭੈਣ ਭਰਾਵਾਂ ਨੂੰ ਇੱਕ ਅੱਛੇ ਤਰੀਕੇ ਨਾਲ ਸਮਝਾਉਣਾ ਚਾਹੁੰਦਾ ਵਾਂ। ਦੇਖੋ ਜੀ, ਕਈ ਭੈਣ ਭਰਾ ਬ੍ਰਦਰ ਨੇ ਜੋ ਕਿ ਪੁਲਿਸ ਨੂੰ ਦੇਖ ਕੇ ਦੂਰ 'ਤੇ ਹੀ ਆਪਦਾ ਮੋਟਰਸਾਈਕਲ ਘੁੰਮਾ ਲੈਂਦੇ ਨੇ ਜੀ। ਦੇਖੋ, ਮੈਂ ਤੁਹਾਡੀ ਗੱਲ ਨੂੰ ਸਮਝਦਾ ਵਾਂ, ਆਖਰ ਅੱਛਾ ਨਹੀਂ ਲੱਗਦਾ ਇੱਕ ਰੋਡ 'ਤੇ ਬੇਇੱਜ਼ਤ ਹੋਣਾ। ਅਤੇ ਜਦੋਂ ਤੁਹਾਨੂੰ ਪੁਲਿਸ ਕਹਿੰਦੀ ਆ ਵੀ ਤੁਸੀਂ ਆਪਣੇ ਕਾਗਜ਼ ਪੱਤਰ ਪੂਰੇ ਕੰਪਲੀਟ ਕਰੋ, ਮਤਲਬ ਕਿ ਉਹ ਕੰਪਲੀਟ ਕਰਨ ਤੋਂ ਮਗਰੋਂ ਤੁਸੀਂ ਆਰਾਮ ਨਾਲ ਆਪਦਾ ਟਰੈਵਲ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ, ਕੋਈ ਇੱਥੇ ਤੁਹਾਨੂੰ ਰੋਕੂਗਾ ਨਹੀਂ, ਰੋਕ ਕੇ ਤੁਹਾਨੂੰ ਚੈਕਿੰਗ ਕਰਨਾ ਪੁਲਿਸ ਦਾ ਫਰਜ਼ ਆ ਜੀ। ਪੁਲਿਸ ਦਾ ਮਤਲਬ ਹਰ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਪੈਂਦਾ, ਡਿਊਟੀ ਇਹਨਾਂ ਦੀ। ਇਸ ਲਈ ਤੁਸੀਂ ਆਪਣੇ ਡਾਕੂਮੈਂਟਸ ਨੂੰ ਪੂਰਾ ਰੱਖੋ ਤਾਂ ਕਿ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ, ਟ੍ਰੈਫਿਕ ਰੂਲਸ ਦੇ ਅਕੋਰਡਿੰਗ ਤੁਸੀਂ ਚੱਲੋ, ਤੁਹਾਨੂੰ ਕੋਈ ਨਹੀਂ ਖੜਾ ਹੋਊਗਾ, ਕੋਈ ਸ਼ਰਮਿੰਦਾ ਨਹੀਂ ਕਰੂਗਾ, ਕੋਈ ਤੁਹਾਡੇ ਕੋਲੋਂ ਕੋਈ ਬੇਫਾਲਤੂ ਕੋਈ ਪੈਸਾ ਨਹੀਂ ਲਿਆ ਜਾਊਗਾ। ਤੁਸੀਂ ਪਲੀਜ਼ ਆਪਣੇ ਡਾਕੂਮੈਂਟਸ ਨੂੰ, ਆਪਣੇ ਲਾਇਸੈਂਸ ਨੂੰ, ਆਪਣੀ ਆਰਸੀ ਨੂੰ, ਪਲੀਜ਼ ਆਪਣੇ ਪੋਲਿਊਸ਼ਨ ਨੂੰ, ਖਾਸ ਕਰਕੇ ਪੋਲਿਊਸ਼ਨ ਸਿਰਫ 50 ਰੁਪਏ ਚੀਜ਼ ਆ ਜਿਹਦੇ ਕਰਕੇ ਲੋਕਾਂ ਨੂੰ 1000 ਰੁਪਈਆ ਡੇਲੀ ਦਾ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਲੋਕ ਇਸ ਕਰਕੇ 1000 ਰੁਪਈਆ ਖਰਾਬ ਆਪਦਾ ਕਰ ਦਿੰਦੇ ਨੇ। ਇਸ ਲਈ 50 ਰੁਪਏ ਦਾ ਪੋਲਿਊਸ਼ਨ ਜ਼ਰੂਰ ਆਪਦਾ ਉਹਨੂੰ ਆਪਣਾ ਕੀ ਕਹਿੰਦੇ ਉਹਨੂੰ ਹਰ ਵਕਤ ਉਹਨੂੰ ਰੀਨਿਊ ਕਰਵਾ ਕੇ ਰੱਖੋ ਜੀ। ਅਤੇ ਇੱਕ ਮੈਂ ਸਰ ਪੁੱਛਣਾ ਚਾਹੁੰਦਾ ਵਾਂ, ਜਿਵੇਂ ਐਸ ਐਸ ਪੀ ਸਾਹਿਬ ਮੋਗਾ ਦੇ ਨੇ, ਕਾਫ਼ੀ ਨਾਮ ਸੁਣਿਆ ਜੀ ਉਹਨਾਂ ਦਾ, ਉਹਨਾਂ ਨੇ ਕਾਫ਼ੀ ਵਰਕ ਕੀਤੇ ਨੇ ਹੁਣ ਮੋਗਾ ਦੇ ਵਿੱਚ, ਅਤੇ ਸਾਨੂੰ ਵੀ ਹੁੰਦਾ ਗਾ ਵੀ ਸਾਡੇ ਜ਼ਿਲ੍ਹਾ ਦੇ ਵਿੱਚ ਇੱਕੋ ਪਰਸਨ ਆਇਆ ਜੋ ਕਿ ਇੰਨੇ ਅੱਛੇ ਤਰੀਕੇ ਨਾਲ ਆਪਦਾ ਡਿਊਟੀ ਨੂੰ ਨਿਭਾ ਰਿਹਾ ਹੈਗਾ, ਅਤੇ ਕੁਛ ਗੱਲਾਂ ਆਪਾਂ ਉਹਨਾਂ ਦੀ ਹੋਰ ਜਾਣਨੀਆਂ ਚਾਹਵਾਂਗੇ ਤੁਹਾਡੇ ਕੋਲ। ਅੱਖਾਂ ਦੀ ਇੱਕ ਖੁਸ਼ੀ ਦੀ ਗੱਲ ਆ, ਇੱਕ ਇਹੋ ਜਿਹਾ ਆਫਿਸਰ ਆ ਸਾਡੇ ਜ਼ਿਲ੍ਹੇ 'ਚ ਜੋ ਕਿ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਅਤੇ ਤੁਸੀਂ ਪਲੀਜ਼ ਕੁਛ ਉਹਨਾਂ ਦੇ ਕੁਛ ਉਹਨਾਂ ਲਈ ਕੁਛ ਸ਼ਬਦ ਜੀ। ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ ਵੀ ਉਹਨਾਂ ਦੇ ਲਈ ਤਾਂ ਇੱਕ ਇੱਕ ਸ਼ਬਦ ਜਿੰਨੇ ਵੀ ਆਪਾਂ ਬੋਲੀਏ ਉਹ ਘੱਟ ਨੇ। ਮੈਂ ਆਪਣੇ 10 ਸਾਲ ਦਾ ਮੇਰਾ ਕਾਰਜਕਾਲ ਹੋ ਚੁੱਕਿਆ ਜੀ ਇਸ ਡਿਪਾਰਟਮੈਂਟ ਦੇ ਵਿੱਚ, ਅਤੇ ਵੈਸੇ ਤਾਂ ਸਾਰੇ ਹੀ ਅਫਸਰ ਅੱਛੇ ਨੇ, ਬਟ ਇਹਨਾਂ ਜਿਹੜੇ ਸਾਡੇ ਸਰਦਾਰ ਹਰਮਨਵੀਰ ਸਿੰਘ ਜੀ ਗਿੱਲ IPS ਲੱਗੇ ਨੇ ਸਾਡੇ SSP ਸਾਹਿਬ, ਉਹਨਾਂ ਦਾ ਕੰਮ ਕਰਨ ਦਾ ਇੱਕ ਬੜਾ ਵੱਖਰਾ ਤਰੀਕਾ ਜੀ। ਜੇ ਮੈਨੂੰ ਲੱਗਦਾ ਕਿ ਤੁਹਾਨੂੰ ਕਿਸੇ ਵੀ ਏਰੀਏ ਦੇ ਵਿੱਚ, ਜਿਵੇਂ ਕਿ ਕੋਈ ਮੋਗੇ ਦੇ ਵਿੱਚ ਕਾਫੀ ਕ੍ਰਾਈਮ ਵੀ ਸੀਗਾ ਪਹਿਲਾਂ, ਪਰ ਇਹਨਾਂ ਦੇ ਆਉਣ ਨਾਲ ਕਾਫੀ ਠੱਲ ਪਈ ਉਸ ਚੀਜ਼ 'ਤੇ, ਪਰ ਜੇ ਹੁਣ ਤੁਹਾਨੂੰ ਕਈ ਵਾਰ ਇੰਜ ਹੋ ਜਾਂਦਾ ਕਿ ਪੁਲਿਸ ਦੇ ਵਿੱਚ ਕਈ ਵਾਰ ਨਿਗਾਹ ਦੇ ਵਿੱਚ ਕੋਈ ਚੀਜ਼ ਨਹੀਂ ਆਉਂਦੀ, ਅਤੇ ਬਟ ਤੁਹਾਡਾ ਸਿਵਲੀਅਨਸ ਦਾ ਰੂਲ ਇਹਦੇ ਵਿੱਚ ਕੀ ਤੁਸੀਂ ਅਦਾ ਕਰ ਸਕਦੇ ਹੋ ਕਿ ਜੇ ਮੰਨ ਲਓ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੋਈ ਕ੍ਰਾਈਮ ਹੋ ਰਿਹਾ ਕਿਤੇ ਜਾਂ ਕੋਈ ਨਸ਼ਾ ਵਿਕ ਰਿਹਾ ਵਾ, ਅਤੇ ਤੁਸੀਂ ਸਾਡੇ ਜਿਹੜੇ ਹੈਗੇ ਆ, ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਆਪਣਾ ਕੰਟਰੋਲ ਰੂਮ ਦਾ ਇੱਕ ਨੰਬਰ ਦੇਊਂਗਾ ਤੁਹਾਨੂੰ, ਅਤੇ ਉਹਦੇ ਤੋਂ ਤੁਸੀਂ ਕੰਪਲੇਂਟ ਕਰ ਸਕਦੇ ਹੋ, ਸਿੱਧੀ SSP ਸਾਹਿਬ ਤੱਕ ਗੱਲ ਪਹੁੰਚੂਗੀ ਅਤੇ ਤੁਸੀਂ ਉਹਨਾਂ ਤੋਂ ਕੋਈ ਵੀ ਹੈਲਪ ਲੈ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਐਡਾ ਵਧੀਆ ਕਿ ਤੁਹਾਨੂੰ ਕਿਸੇ ਵੀ ਸਿਫਾਰਸ਼ ਦੀ ਲੋੜ ਨਹੀਂ ਪਊਗੀ। ਤੁਸੀਂ ਸਿੱਧਾ, ਚਾਹੇ ਕੋਈ ਨੋਰਮਲ ਇਨਸਾਨ ਆ ਚਾਹੇ ਉਹ ਕੋਈ ਖਾਸ ਇਨਸਾਨ ਆ,
ਉਹ ਸਿੱਧਾ ਜਾ ਕੇ ਉਹਨਾਂ ਨਾਲ ਗੱਲ ਕਰ ਸਕਦਾ ਅਤੇ ਆਪਣੇ ਆਪਣੇ ਕਿਸੇ ਵੀ ਕੰਮ ਦਾ ਹੱਲ ਕਰਵਾ ਸਕਦਾ ਗਾ। ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਤੁਸੀਂ ਬੜੇ ਖੁਸ਼ ਨਸੀਬ ਹਾਂ, ਕੋਈ ਸਾਨੂੰ ਇਹ ਸਰਦਾਰ ਹਰਮਨਪ੍ਰੀਤ ਸਿੰਘ ਜੀ ਗਿੱਲ IPS SSP ਸਾਹਿਬ ਮੋਗਾ ਲੱਗੇ ਨੇ, ਅਤੇ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਗਾ। ਅਤੇ ਸਾਨੂੰ ਦਿਨ ਬ ਦਿਨ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਕੋਈ ਨਾ ਕੋਈ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਨਾਲ ਆਮ ਸਿਵਲੀਅਨ ਦੀ ਜ਼ਿੰਦਗੀ ਅੱਛੀ ਹੋ ਜਾਏ। ਅਤੇ ਇੱਕ ਮੈਂ ਇੱਕ ਦੋ ਗੱਲਾਂ ਹੋਰ ਐਡ ਕਰਨਾ ਚਾਹੂੰਗਾ ਮੈਂ, ਵੀ ਸਾਡੇ ਸ਼ਹਿਰ ਦੇ ਵਿੱਚ ਸਨੈਚਿੰਗ ਬਹੁਤ ਹੁੰਦੀ ਸੀ ਪਹਿਲਾਂ, ਵੈਸੇ ਹੁਣ ਘੱਟ ਗਈ ਹੈ, ਬਟ ਤੁਸੀਂ ਇੱਕ ਛੋਟਾ ਜਿਹਾ ਕੰਮ ਜ਼ਰੂਰ ਕਰ ਸਕਦੇ ਹਾਂ ਆਪਣੇ ਕਿ ਬਾਈਕ ਤੁਸੀਂ 60-70 ਹਜ਼ਾਰ ਰੁਪਏ ਦੀ ਬਾਈਕ ਲੈ ਲੈਂਦੇ ਹਾਂ, ਪਰ ਤੁਸੀਂ ਉਹਦੇ ਵਿੱਚ ਇੱਕ ਜੇ ਸਾਈਡ ਦੇ ਮੂਰਲੇ ਜਿਹੜਾ ਮੂਰਲਾ ਵੀਲ ਹੁੰਦਾ ਉਹਦੇ ਨਾਲ ਇੱਕ ਰੋਡ ਲੱਗ ਜਾਂਦੀ, ਜਿਹੜੀ ਰੋਡ ਲੋਕ ਟਾਈਪ ਹੁੰਦਾ ਸਿਸਟਮ, ਇੱਕ ਉਹ 1 ਸੈਕਿੰਡ ਦੇ ਵਿੱਚ ਲੱਗ ਜਾਂਦਾ, 1 ਸੈਕਿੰਡ ਦੇ ਵਿੱਚ ਖੁੱਲ੍ਹ ਜਾਂਦਾ, ਤੁਹਾਨੂੰ ਜ਼ਿਆਦਾ ਮੁਸ਼ਕਤ ਕਰਨ ਦੀ ਲੋੜ ਨਹੀਂ ਪਊਗੀ। ਜੇ ਤੁਸੀਂ 1 ਜਾਂ 2 ਮਿੰਟ ਤੋਂ ਜ਼ਿਆਦਾ ਬਾਈਕ ਨੂੰ ਕਿਤੇ ਪਾਰਕ ਕਰਨਾ ਵਾ ਤਾਂ ਤੁਸੀਂ ਉਹ ਲੋਕ ਦਾ ਯੂਜ਼ ਕਰੋ, 60-70 ਰੁਪਏ ਜਾਂ ਸ਼ਾਇਦ 200-100 ਰੁਪਏ ਦਾ ਆ ਜਾਂਦਾ ਹੋਊਗਾ, ਸ਼ਾਇਦ ਇਸ ਤੋਂ ਜ਼ਿਆਦਾ ਨਹੀਂ ਹੋਊਗਾ। ਜੇ ਆਪਾਂ 60-70 ਹਜ਼ਾਰ ਰੁਪਏ ਦਾ ਬਾਈਕ ਲੈ ਸਕਦੇ ਹਾਂ ਅਤੇ ਆਪਾਂ 100-200 ਰੁਪਏ ਦਾ ਉਹ ਲੋਕ ਵੀ ਲਾ ਸਕਦੇ ਹਾਂ, ਕਿਉਂਕਿ ਆਪਣੀ ਜ਼ਿੰਮੇਵਾਰੀ ਆਪਦੀ ਜ਼ਿਆਦਾ ਬਣ ਜਾਂਦੀ ਹੈ, ਕਿਉਂਕਿ ਪੁਲਿਸ ਦੀ ਤਾਂ ਹੈ ਜ਼ਿੰਮੇਵਾਰੀ, ਬਟ ਤੁਹਾਨੂੰ ਵੀ ਪਤਾ ਕਿ ਸਾਡੇ ਕੋਲ ਫੋਰਸ ਦੀ ਕਮੀ ਹੋਣ ਦੇ ਕਾਰਨ ਕਿਤੇ ਕਿਤੇ ਸਾਡੇ ਕੋਲ ਨਹੀਂ ਪਹੁੰਚਿਆ ਜਾਂਦਾ ਕਿਸੇ ਜਗ੍ਹਾ 'ਤੇ, ਅਤੇ ਤੁਸੀਂ ਇੱਕ ਥੋੜ੍ਹੀ ਜਿਹੀ ਜ਼ਿੰਮੇਵਾਰੀ ਆਪਣੀ ਜ਼ਰੂਰ ਸਮਝੋ ਕਿ ਇੱਕ ਉਹਦੇ 'ਤੇ ਲੋਕ ਲਾਉਣਾ। ਇੱਕ ਪਰਸਨਲ ਇੱਕ ਹੋਰ ਗੱਲ ਹੈ ਕਿ ਲੇਡੀਜ਼ ਦੇ ਲਈ ਇੱਕ ਪ੍ਰੋਬਲਮ ਆਉਂਦੀ ਹੈ, ਸਨੈਚਿੰਗ ਹੁੰਦੀ ਹੈ, ਜਿਵੇਂ ਚੇਨ ਖੋਈ ਜਾਂਦੀ ਹੈ ਜਾਂ ਪਰਸ ਲਾ ਕੇ ਲੈ ਜਾਂਦੇ ਆ। ਸਭ ਤੋਂ ਵੱਡੀ ਗੱਲ ਇੱਕ ਤੁਸੀਂ ਸਾਇੰਟੀਫਿਕਲੀ ਇੱਕ ਮੈਂ ਤੁਹਾਨੂੰ ਗੱਲ ਸਮਝਾਊਂਗਾ ਕਿ ਜਿਹਦੇ ਨਾਲ ਪਰਸ ਨਹੀਂ ਖੋਇਆ ਜਾਊਗਾ। ਅਗਰ ਕੋਈ ਲੇਡੀ ਖੱਬੇ ਹੱਥ ਲੈਫਟ ਹੈਂਡ ਸਾਈਡ ਬਿਲਕੁਲ ਦਬਾ ਕੇ ਚੱਲਦੇ ਆ, ਚਿੱਟੀ ਪੱਟੀ ਤੋਂ ਥੱਲੇ ਚੱਲਦੇ ਆ, ਦਬਾ ਕੇ ਚੱਲਦੇ ਆ, ਅਤੇ ਆਪਣਾ ਜਿਹੜਾ ਪਰਸ ਉਹ ਲੈਫਟ ਹੈਂਡ ਸਾਈਡ ਪਾਵੇ, ਅਤੇ ਉਹਦਾ ਪਰਸ ਖੋਣ ਦੇ ਚਾਂਸਿਸ 90% ਚਾਂਸਿਸ ਘੱਟ ਜਾਂਦੇ ਆ। ਉਹ ਤੁਹਾਨੂੰ ਮੈਂ ਸਮਝਾਉਂਦਾ ਕਿ ਕਿਸ ਤਰੀਕੇ ਨਾਲ, ਜਦੋਂ ਇੱਕ ਲੇਡੀ ਲੈਫਟ ਹੈਂਡ ਸਾਈਡ 'ਤੇ ਤੁਰਦੀ ਹੈ ਅਤੇ ਉਹਦਾ ਜੇ ਰਾਈਟ ਹੈਂਡ ਸਾਈਡ ਪਰਸ ਪਾਇਆ ਹੋਊਗਾ ਅਤੇ ਆਪਾਂ ਜਦੋਂ ਕ੍ਰੋਸ ਕਰੂਗਾ, ਸਨੈਚਰ ਕੋਈ ਵੀ ਹੋਊਗਾ ਬਾਈਕ 'ਤੇ ਹੋਊਗਾ ਜਾਂ ਕੋਈ ਵੀ ਕਿਸੇ ਵੀ ਵਹੀਕਲ 'ਤੇ ਹੋਊਗਾ, ਜਦੋਂ ਉਹ ਰਾਈਟ ਹੈਂਡ ਸਾਈਡ ਉਹਨੂੰ ਲੰਘਣ ਦੇ ਲਈ ਜਗ੍ਹਾ ਮਿਲ ਜਾਂਦੀ ਹੈ ਅਤੇ ਉਹ ਇੱਧਰ ਦੀ ਕ੍ਰੋਸ ਕਰੂਗਾ ਅਤੇ ਉਹ ਪਰਸ ਈਜ਼ੀ ਖੋਇਆ ਜਾਊਗਾ। ਅਤੇ ਜੇ ਅਗਰ ਅਸੀਂ ਲੈਫਟ ਹੈਂਡ ਸਾਈਡ ਨੱਪ ਕੇ ਤੁਰਾਂਗੇ, ਨੱਪ ਕੇ ਦਾ ਮਤਲਬ ਤੁਸੀਂ ਜਿਹੜੀ ਸਾਈਡ ਆਪਣੀ ਲੈਫਟ ਹੈਂਡ ਸਾਈਡ ਦੁਕਾਨਾਂ ਦੇ ਨਾਲ ਨਾਲ ਤੁਰੋਗੇ, ਚਿੱਟੀ ਪੱਟੀ ਤੋਂ ਥੱਲੇ ਤੁਰੋਗੇ, ਤੁਹਾਡੇ ਖੱਬੇ ਪਾਸੇ ਲੰਘਣ ਦੀ ਜਗ੍ਹਾ ਨਹੀਂ ਹੋਊਗੀ ਅਤੇ ਤੁਹਾਡੇ ਉਹ ਪਰਸ ਖੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ। ਇਹ ਦੋ ਚੀਜ਼ਾਂ ਲੇਡੀਜ਼ ਮੇਰੀਆਂ ਜਿੰਨੀਆਂ ਵੀ ਭੈਣਾਂ ਦੇਖ ਰਹੀਆਂ ਇਸ ਵੀਡੀਓ ਨੂੰ, ਇਹ ਜ਼ਰੂਰ ਨੋਟ ਕਰਨ ਕਿ ਪਰਸ ਆਪਣਾ ਲੈਫਟ ਹੈਂਡ ਸਾਈਡ ਪਾਉਣਾ ਵਾ। ਅਤੇ ਜਿਹੜੇ ਮੇਰੇ ਭਰਾ ਦੇਖ ਰਹੇ ਵੀਡੀਓ, ਆਪਣੀ ਬਾਈਕ ਨੂੰ ਲੋਕ ਜ਼ਰੂਰ ਜਿਹੜਾ ਉਹ ਅਗਲੇ ਫਰੰਟ ਵਾਲੇ ਵੀਲ ਦੇ ਨਾਲ ਲੋਕ ਲਗਾ ਕੇ ਰੱਖਣ। ਇੱਕ ਹੋਰ ਗੱਲ ਕਿ ਆਪਣਾ ਮੋਬਾਈਲ ਵੀ ਤੁਸੀਂ ਲੈਫਟ ਹੈਂਡ ਸਾਈਡ ਸੁਣੋ, ਇੱਥੇ ਸ਼ਾਇਦ ਡਾਕਟਰ ਵੀ ਕਹਿੰਦੇ ਆ ਕਿ ਤੁਸੀਂ ਲੈਫਟ ਹੈਂਡ ਸਾਈਡ ਸੁਣੋਗੇ ਤਾਂ ਜ਼ਿਆਦਾ ਬੈਟਰ ਆ, ਬਟ ਮੈਂ ਚਲੋ ਡਾਕਟਰੀ ਤਾਂ ਨਹੀਂ ਜਾਣਦਾ, ਬਟ ਲੈਫਟ ਹੈਂਡ ਸਾਈਡ ਦਾ ਸੁਣਨ ਦਾ ਵੀ ਸੇਮ ਬੈਨੀਫਿਟ ਆ ਕਿ ਜਿਵੇਂ ਪਰਸ ਨਹੀਂ ਖੋਇਆ ਜਾਊਗਾ ਉਵੇਂ ਮੋਬਾਈਲ ਵੀ ਨਹੀਂ ਖੋਇਆ ਜਾਊਗਾ। ਇਸ ਚੀਜ਼ਾਂ ਦਾ ਤੁਸੀਂ ਜ਼ਰੂਰ ਖਿਆਲ। ਇੱਕ ਮੈਂ ਹੋਰ ਗੱਲ ਤੁਹਾਨੂੰ ਤੁਹਾਡੀ ਗੱਲ ਰੋਕ ਕੇ ਕਰਨਾ ਚਾਹੁੰਦਾ, ਜਿਵੇਂ ਕਿ ਕਾਫੀ ਗਰਲਸ ਨੇ ਜੋ ਕਿ ਜਿਹਨਾਂ ਦਾ ਫੋਨ ਸਨੈਚ ਹੋ ਜਾਂਦਾ, ਫੋਨ ਖੋਇਆ ਜਾਂਦਾ ਹੈਗਾ, ਅਤੇ ਕੁਛ ਤੁਹਾਨੂੰ ਥੋੜ੍ਹੀ ਸਲਾਹ ਦੇਣਾ ਚਾਹੁੰਦੇ ਹਾਂ ਜੀ। ਦੇਖੋ ਜੀ, ਤੁਹਾਡੇ ਫੋਨ ਬੜੇ ਮਹਿੰਗੇ ਨੇ, 15-20 ਹਜ਼ਾਰ ਤੋਂ ਇੱਕ ਫੋਨ ਨੋਰਮਲ ਸਮਾਰਟਫੋਨ ਸ਼ੁਰੂ ਹੁੰਦਾ। ਜੇ ਤੁਸੀਂ ਸਿਰਫ 100 ਰੁਪਏ ਦੇ ਹੈੱਡਫੋਨ ਵੀ ਯੂਜ਼ ਕਰੋ ਨਾ, ਤੁਹਾਡੇ ਫੋਨ ਦਾ ਨੁਕਸਾਨ ਨਾ ਹੋਵੇ ਜੀ। ਤੁਸੀਂ ਕਦੇ ਕੋਈ ਕਾਲ ਕਰਨੀ ਹੈ ਸਾਈਡ ਤੋਂ ਕਾਲ ਕਰਕੇ, ਉਹ ਤੋਂ ਬਾਅਦ ਤੁਸੀਂ ਹੈੱਡਫੋਨ ਯੂਜ਼ ਕਰ ਸਕਦੇ ਹੋ ਜੇ ਤੁਸੀਂ ਵੋਕ ਕਰ ਰਹੇ ਹੋ ਰੋਡ 'ਤੇ, ਅਤੇ ਆਪਣੇ ਹੈੱਡਫੋਨ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਕੱਲ੍ਹ ਨੂੰ ਕੋਈ ਹੈੱਡਫੋਨ ਦਾ ਪਹਿਲੀ ਕੋਈ ਖੋਹਦਾ ਨਹੀਂ ਹੈ ਜੀ, ਜੈਨ ਤੁਹਾਨੂੰ ਪੂਰੀ ਤੁਹਾਡੀ ਸੇਫਟੀ ਤਾਂ ਹੋਊਗੀ, ਤੁਹਾਡੇ ਸੱਟ ਫਿੱਟ ਨਹੀਂ ਵੱਜੂਗੀ, ਐਂਡ ਤੁਹਾਡਾ ਫੋਨ ਸੇਫ ਰਹੂਗਾ ਜੀ। ਕੋਸ਼ਿਸ਼ ਕਰੋ 150-200 ਦੇ ਹੈੱਡਫੋਨ ਨੂੰ ਜ਼ਿਆਦਾਤਰ ਯੂਜ਼ ਕੀਤੇ, ਨਾਲੇ ਉਹਨਾਂ ਨਾਲ ਕਾਫੀ ਹੱਦ ਤੱਕ ਜੋ ਰੇਡੀਏਸ਼ਨ ਦੀ ਜੋ ਹੁੰਦੀ ਹੈ ਪ੍ਰੋਬਲਮ, ਉਹ ਘੱਟ ਜਾਂਦੀ ਹੈ ਜੀ ਬੋਡੀ ਨੂੰ ਜੀ। ਰਾਈਟ ਸਰ, ਬਿਲਕੁਲ ਜੀ। ਅਤੇ ਇੱਕ ਮੈਂ ਤੁਹਾਡੇ ਕੋਲ ਕੁਐਸਚਨ ਕਰ ਸਕਦਾ ਜੀ? ਹਾਂਜੀ, ਪਲੀਜ਼ ਪਲੀਜ਼। ਤੁਸੀਂ ਆਪਣੇ ਬਾਰੇ ਜੀ ਮੈਨੂੰ ਇੱਕ ਤਾਂ ਇਸ ਤਰ੍ਹਾਂ ਆਪਾਂ ਇਹੀ ਟੋਪਿਕ ਜਿਹੜਾ ਸੇਮ ਜੋਬ ਪਲੇਸਮੈਂਟ ਵਾਲਾ ਤੁਸੀਂ ਜਿਹੜਾ ਇੱਕ ਤਾਂ ਕਰ ਰਹੇ ਹੋ, ਹਾਂਜੀ, ਅਤੇ ਇਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਡੀਲ ਕਰਦੇ ਹੋ ਲੋਕਾਂ ਨੂੰ, ਅਤੇ ਕੀ ਆਪਣੇ ਕਮਿਸ਼ਨ ਬੇਸਿਸ ਹੁੰਦੇ ਆ ਜਾਂ ਕਿਸ ਤਰ੍ਹਾਂ ਦੀ ਜੋਬ ਤੁਸੀਂ ਪ੍ਰੋਵਾਈਡ ਕਰਦੇ ਹੋ, ਇਹਦੇ ਵਿੱਚ ਗਵਰਨਮੈਂਟ ਜੋਬ ਇੰਕਲੂਡ ਆ ਜਾਂ ਨਹੀਂ ਹੈ, ਇਹਦੇ ਬਾਰੇ ਜ਼ਰੂਰ ਤੁਸੀਂ ਜਾਣਨਾ ਪਾਇਓ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਰੋਜ਼ ਹੀ ਫੇਸ ਕਰਦਾ ਆਪਣੇ ਜਿੰਨੇ ਵੀ ਯੰਗ ਜਨਰੇਸ਼ਨ ਆ, ਜੋਬ ਦੇ ਬਾਰੇ ਪੁੱਛਦੇ ਆ, ਪੁਲਿਸ ਦੀ ਜੋਬ ਕਦੋਂ, ਪੁਲਿਸ ਦੀ ਭਰਤੀ ਕਦੋਂ ਆਊਗੀ, ਜਾਂ ਹੋਰ ਕਿਸੇ ਜੋਬ ਦੇ ਬਾਰੇ ਵੀ ਮੇਰੇ ਫਰੈਂਡਸ ਪੁੱਛਦੇ ਆ ਵੀ ਸਾਨੂੰ ਕਿਤੇ ਜੋਬ ਲਗਵਾ ਦਿਓ ਬਰਾਵੋ ਜਾਂ ਕੁਛ ਵੀ ਇਸ ਤਰ੍ਹਾਂ ਕਰਦੇ ਆ, ਅਤੇ ਅੱਛਾ ਕੰਮ ਕਰ ਰਹੇ ਹੋ ਵੈਸੇ ਤੁਸੀਂ, ਪਰ ਜਿਹੜਾ ਵੀ ਕਰ ਰਹੇ ਹੋ ਤੁਸੀਂ ਪਲੀਜ਼ ਇਹਦੇ ਬਾਰੇ ਥੋਰਲੀ ਜ਼ਰੂਰ ਦੱਸਿਓ ਕਿ ਇਹ ਮੈਨੂੰ ਲੱਗਦਾ ਇੱਕ ਜੋਬ ਜਿਹੜਾ ਬਿਜ਼ਨਸ ਦਾ ਤੁਹਾਡਾ ਬਿਜ਼ਨਸ ਤਾਂ ਹੈਗਾ ਹੀ ਹੈ, ਬਟ ਮੇਰੇ ਖਿਆਲ ਨਾਲ ਇਹ ਸਭ ਤੋਂ ਸੇਵਾ ਸਭ ਤੋਂ ਵੱਡੀ ਹੈ ਜਿਹੜੀ ਤੁਸੀਂ ਕਿਸੇ ਨੂੰ ਨੌਕਰੀ ਦਿੰਦੇ ਹੋ, ਲੈ ਕੇ ਦਿੰਦੇ ਹੋ, ਜਾਂ ਤੁਸੀਂ ਵਿੱਚ ਵਿੱਚ ਪੈ ਕੇ ਕਿਸੇ ਤਰੀਕੇ ਨਾਲ ਗੱਲ ਕਰਦੇ ਹੋ ਉਹਨਾਂ ਨਾਲ, ਜਾਂ ਕੋਈ ਵੀ ਤੁਹਾਡਾ ਐਗਰੀਮੈਂਟ ਹੁੰਦਾ, ਅਤੇ ਕਿਸੇ ਨੂੰ ਰੋਟੀ ਪਾਉਣਾ ਇੱਕ ਬਹੁਤ ਵਧੀਆ ਗੱਲ ਆ ਜੀ, ਅਤੇ ਇਹਦੇ ਬਾਰੇ ਪਲੀਜ਼ ਥੋਰਲੀ ਜ਼ਰੂਰ ਦੱਸਿਓ ਤੁਸੀਂ ਆਪਣੀ ਜਿਹੜੀ ਤੁਸੀਂ ਦਿੰਦੇ ਹੋ ਜੋਬ ਪਲੇਸਮੈਂਟ।
ਲੋਕ ਨੇ ਗਲਤ ਤਰੀਕੇ ਨਾਲ ਡੀਲ ਕਰਦੇ ਬੱਚਿਆਂ ਨਾਲ, ਕਿਉਂਕਿ ਹਰ ਕੋਈ ਬੱਚਾ ਜੋ ਘਰੋਂ ਪੈਸੇ ਲੈ ਕੇ ਆ ਰਿਹਾ ਹੈਗਾ ਉਹ ਘਰੋਂ ਪਰੇਸ਼ਾਨ, ਆਪਦੇ ਮਾਂ ਪਿਓ ਨੂੰ ਸਹਾਰਾ ਦੇਣਾ ਚਾਹੁੰਦਾ ਹੈਗਾ, ਹੈਲਪ ਕਰਨਾ ਚਾਹੁੰਦਾ, ਉਹ ਘਰ ਦੇ ਖਰਚੇ ਚੱਕਣਾ ਚਾਹੁੰਦਾ, ਜ਼ਿੰਮੇਵਾਰੀ ਲੈਣਾ ਚਾਹੁੰਦਾ। ਉਸ ਬੇਸ 'ਤੇ ਕੁਛ ਬੱਚਿਆਂ ਨਾਲ ਜੋ ਧੋਖਾਧੜੀ ਹੁੰਦੀ ਹੈ ਨਾ, ਉਹ ਵਿਚਾਰੇ ਟੁੱਟ ਜਾਂਦੇ ਨੇ ਅੰਦਰੋਂ। ਜ਼ਿਆਦਾਤਰ ਇੱਕ ਮਾਂ ਪਿਓ ਵੱਲੋਂ ਚਲੋ ਕੁਛ, ਜਦੋਂ ਬੱਚਾ ਫਰੀ ਨਹੀਂ ਫਰੀ ਹੁੰਦਾ ਗਾ, ਇਹ ਬੇਰੁਜ਼ਗਾਰ ਹੁੰਦਾ, ਉਹ ਦੁਦਕਾਰਿਆ ਜਾਂਦਾ ਇੱਕ ਹਿਸਾਬ ਦਾ ਨਾਲ ਪਰਿਵਾਰ ਤੋਂ। ਉਹਨੂੰ ਸੁਬਹਾ ਸ਼ਾਮ ਉਹਨੂੰ ਕਹਿ ਦਈਏ ਵੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਜਦੋਂ ਉਹਨੂੰ ਹਰ ਵਕਤ ਕੁਛ ਨਾ ਕੁਛ ਕਿਹਾ ਜਾਂਦਾ ਪਰਿਵਾਰ ਵੱਲੋਂ, ਫਿਰ ਆਖਰ 'ਤੇ ਉਹ ਪਰਿਵਾਰ ਕੋਲੋਂ ਕੁਛ ਪੈਸੇ ਲੈ ਕੇ ਉਹ ਪਲੇਸਮੈਂਟ ਸਕੂਲ ਜਾਂਦਾ ਹੈ। ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਉੱਥੇ ਜਾ ਕੇ ਵੀ ਉਹਦੇ ਨਾਲ ਕੁਛ ਗਲਤ ਹੋ ਜਾਂਦਾ ਨਾ, ਉਹ ਬੰਦਾ ਜਾਂ ਤਾਂ ਬਿਲਕੁਲ ਟੁੱਟ ਕੇ ਘਰੇ ਬਹਿ ਜਾਂਦਾ, ਗਲਤ ਕੰਮਾਂ ਵੱਲ ਹੋ ਜਾਂਦਾ, ਗਲਤ ਲੋਕਾਂ ਦੇ ਚੰਗੁਲ 'ਚ ਆ ਜਾਂਦਾ ਹੈਗਾ, ਕਹਿ ਦਈਏ ਵੀ ਨਸ਼ੇ ਪੱਤੇ ਸਮਝ ਲਓ ਜਾਂ ਕੁਛ ਵੀ ਗਲਤ ਐਕਟੀਵਿਟੀਜ਼ ਦੇ ਕਹਿ ਦਈਏ ਵੀ ਹੱਥ ਉਹ ਆ ਜਾਂਦਾ ਹੈ ਨਾ। ਇਸ ਲਈ ਅਸੀਂ ਇਹ ਚੀਜ਼ ਮਹਿਸੂਸ ਕੀਤੀ ਸੀ ਉਸ ਟਾਈਮ 'ਤੇ, ਅਸੀਂ ਸੋਚਿਆ ਵੀ ਜੇ ਵੀ ਕੋਈ ਭੈਣ ਭਰਾ ਨੇ ਜਿਹਨੂੰ ਵੀ ਜੋਬ ਦੀ ਲੋੜ ਆ, ਅਸੀਂ ਇੱਕ ਕੰਪਨੀ ਨਹੀਂ, ਅਸੀਂ ਇੱਕ ਸਹਾਰਾ ਬਣਨਾ ਹੈਗਾ। ਅਸੀਂ ਇੱਕ ਨਾਮ ਤੋਂ ਜਾਣੀ ਜੀ ਬਾਲਾਜੀ ਜੋਬ ਏਜੰਸੀ, ਇੱਕ ਉਹ ਏਜੰਸੀ ਹੈ ਜਿੱਥੇ ਹਰ ਕਿਸੇ ਨੂੰ ਜੋਬ ਮਿਲੂਗੀ ਜੀ। ਇਸ ਲਈ ਅੱਜ ਸਾਡੀ ਇਹ ਕੰਪਨੀ ਨੇ ਜੋ ਵੀ ਨਾਮ ਹਾਸਲ ਕੀਤਾ, ਤੁਸੀਂ ਬੈਟਰ ਜਾਣਦੇ ਹੋ, ਤੁਸੀਂ ਦੇਖਦੇ ਹੋ ਸਾਡੀਆਂ ਵੀਡੀਓਜ਼ ਨੂੰ, ਪਿਆਰ ਬਹੁਤ ਮਿਲਦਾ ਲੋਕਾਂ ਤੋਂ। ਇਹ ਇਕਲੌਤੀ ਏਜੰਸੀ ਹੈ, ਇਹਦੇ ਬਾਰੇ ਕੁਛ ਮੈਂ ਚਾਨਣ ਇਹ ਪਾਉਣਾ ਚਾਹੁੰਦਾ, ਇਕਲੌਤੀ ਏਜੰਸੀ ਆਲ ਇੰਡੀਆ, ਪੂਰੇ ਭਾਰਤ ਦੀ ਇੱਕ ਪਹਿਲੀ ਏਜੰਸੀ ਹੈ ਜੀ ਇਹ, ਜੋ ਕਿ ਬਾਲਾਜੀ ਜੋਬ ਪਲੇਸਮੈਂਟ, ਜੋ ਕਿ ਨੈੱਟ 'ਤੇ ਵੀਡੀਓ ਪਾਉਣ ਤੱਕ ਘਰ ਬੈਠੇ ਹਰ ਇੱਕ ਭੈਣ ਭਰਾ ਤੱਕ ਅਪਡੇਟ ਪਹੁੰਚਦੀ ਰਹੇ ਵੀ ਕਿਹੜਾ ਭੈਣ ਭਰਾ ਕਿੱਥੋਂ ਆਇਆ ਸੀ ਅਤੇ ਕਿਹੜੀ ਜੋਬ ਉਹਨੂੰ ਮਿਲੀ ਆ ਜੀ। ਆਈ ਥਿੰਕ ਇੱਦੂ ਜ਼ਿਆਦਾ ਪਾਰਦਰਸ਼ਤਾ ਤਾਂ ਹੋ ਨਹੀਂ ਸਕਦੀ ਕੋਈ ਜੀ। ਐਂਡ ਦੂਸਰੀ ਗੱਲ ਜੀ, ਜਿਹੜੀਆਂ ਭੈਣਾਂ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਨੂੰ ਉੱਥੇ ਜੋਬ ਮਿਲੇ ਜਿੱਥੇ ਕਿ ਉਹਨਾਂ ਨੂੰ ਇੱਜ਼ਤ ਸਤਿਕਾਰ ਮਿਲੇ, ਕੋਈ ਉਹਨਾਂ ਨੂੰ ਵੱਲ ਗਲਤ ਨਿਗਾਹ ਨਾਲ ਨਾ ਦੇਖੇ ਜੀ। ਹਰ ਭੈਣ ਭਰਾ ਇਹ ਚਾਹੁੰਦਾ ਗਾ ਵੀ ਉਹਨਾਂ ਦੀ ਜੋ ਬੇਟੀ ਆ, ਜੋ ਬਹੂ ਆ, ਉਹ ਇੱਕ ਵਧੀਆ ਜਗ੍ਹਾ 'ਤੇ ਜੋਬ ਮਿਲੇ ਉਹਨਾਂ ਨੂੰ, ਜਿੱਥੇ ਕਿ ਉਹ ਸੇਫ ਰਹੇ, ਜਿੱਥੇ ਕਿ ਉਹਨਾਂ ਨੂੰ ਇੱਕ 1% ਵੀ ਨਾ ਲੱਗੇ ਵੀ ਸਾਡੀ ਕੋਈ ਧੀ ਭੈਣ ਵੀ ਗਲਤ ਜਗ੍ਹਾ ਜੋਬ ਕਰ ਰਹੀ ਹੈ ਜੀ। ਅਤੇ ਤੁਸੀਂ ਹੋਰ ਕੀ ਸਵਾਲ ਕੀਤਾ ਸੀ ਜੀ ਮੈਨੂੰ? ਬਸ ਇਹੀ ਪੁੱਛ ਰਿਹਾ ਸੀ ਵੀ ਤੁਹਾਡਾ ਕੀ ਆਪਣਾ ਕਮਿਸ਼ਨ ਬੇਸਿਸ ਹੈ ਜਾਂ ਕਿਸ ਤਰ੍ਹਾਂ? ਯੈਸ ਸਰ, ਦੇਖੋ ਸਰ, ਸਾਡੀ ਜੋ ਕੰਪਨੀ ਦੇ ਕਮਿਸ਼ਨਸ ਨੇ, ਇਹਦੇ ਵਿੱਚ ਸਾਡੀ ਜੋ ਕੰਪਨੀ ਦੇ ਕਮਿਸ਼ਨਸ ਨੇ ਸਰ, ਇਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਫਸਟ ਮੰਥ ਜੋ ਸੈਲਰੀ ਹੁੰਦੀ ਹੈ ਅਸੀਂ ਉਹ ਹਾਫ ਲੈਂਦੇ ਹਾਂ ਜੀ। ਜੀ 1000 ਸਾਡੀ ਕੰਪਨੀ ਦੀ ਫੀਸ ਹੁੰਦੀ ਹੈ ਜੀ। ਓਕੇ, ਇਹਦੇ ਵਿੱਚ ਅਸੀਂ ਫੀਸ ਤਾਂ ਲੈਂਦੇ ਹਾਂ ਜੇ ਬੱਚੇ ਲਈ ਜੋਬ ਹੈ। ਓਕੇ, ਕੋਈ ਸਾਡੇ ਕੋਲ ਫਾਰਮ ਨਹੀਂ ਭਰਾਏ ਜਾਂਦੇ, ਕਿਸੇ ਕਰਕੇ ਸਾਨੂੰ ਅਸੀਂ ਐਡਵਾਂਸ ਪੇਮੈਂਟ ਨਹੀਂ ਲੈਂਦੇ। ਜੇ ਜੋਬ ਹੈ ਬਾਲਾਜੀ ਜੋਬ ਪਲੇਸਮੈਂਟ ਤੁਹਾਡੇ ਲਈ ਜੋਬ ਮੁਹੱਈਆ ਕਰਵਾ ਸਕਦਾ, ਤਾਂ ਤੁਸੀਂ ਪੇਮੈਂਟ ਦੇਣੀ ਹੈ, ਨਹੀਂ ਤਾਂ ਕੋਈ ਤੁਸੀਂ ਇੱਥੇ ਪੈਸਾ ਨਹੀਂ ਦੇਣਾ, ਕੋਈ ਤੁਸੀਂ ਫਾਰਮ ਨਹੀਂ ਭਰਨਾ, ਕਿਸੇ ਤਰ੍ਹਾਂ ਤੁਸੀਂ ਡਾਕੂਮੈਂਟ ਤੁਸੀਂ ਜਮ੍ਹਾਂ ਨਹੀਂ ਕਰਵਾਉਣਾ ਜੀ। ਇਸ ਲਈ ਬਾਲਾਜੀ ਜੋਬ ਪਲੇਸਮੈਂਟ ਦੀ ਸਰਵਿਸ ਹੈ ਜੋ ਇੰਨਾ ਪਿਆਰ ਜੋ ਮਿਲਦਾ ਹੈਗਾ, ਉਹ ਇਸ ਕਰਕੇ ਮਿਲਦਾ, ਜਿੰਨੀ ਟਰਾਂਸਪੇਰੈਂਟ ਅਸੀਂ ਹੋ ਸਕਦੇ ਸੀ ਅਸੀਂ ਹੋਏ। ਤੁਹਾਨੂੰ ਜਿੰਨੀ ਵੀ ਵੈਕੈਂਸੀਆਂ ਵਿੱਚ ਜਾਣਕਾਰੀ ਦੇਣਾ ਦਾ, ਅਸੀਂ ਨਵਾਂ ਜੋ ਮੁੱਦਾ ਸ਼ੁਰੂ ਕੀਤਾ ਸੀ, ਅਸੀਂ ਹੁਣ ਯੂਟਿਊਬ 'ਤੇ ਹਰ ਭੈਣ ਭਰਾ ਨੂੰ ਵੀਡੀਓਜ਼ ਪਾਉਂਦੇ ਹਾਂ ਤਾਂ ਕਿ ਉਹਨੂੰ ਆਉਣ ਵਾਲੀਆਂ ਸਾਰੀਆਂ ਜੋਬਸ ਦੀ ਜਾਣਕਾਰੀ ਮਿਲਦੀ ਰਹੇ, ਤਾਂ ਘਰ ਬੈਠਿਆਂ ਨੂੰ ਵੀ ਤੁਹਾਨੂੰ ਇਕੱਲੀ ਇਕੱਲੀ ਵੈਕੈਂਸੀ ਬਾਰੇ ਜਾਣਕਾਰੀ ਮਿਲੇ ਜੀ। ਬਿਲਕੁਲ ਜੀ। ਹੁਣ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਪੁਲਿਸ ਦੇ ਨਾਲ ਬਣੇ ਰਹੋ, ਇੱਕ ਸਾਥ ਬਣਾਈ ਰੱਖੋ ਅੱਛਾ, ਅਤੇ ਆਪਾਂ ਹੁਣ ਇੱਕ ਨਵੀਂ ਜਨਰੇਸ਼ਨ ਹੋਰ ਭਰਤੀ ਹੋਣ ਲੱਗੀ ਆ, ਅਤੇ ਮੇਰੇ ਖਿਆਲ ਨਾਲ ਜਿੰਨੇ ਵੀ ਸਾਡੇ ਪੁਰਾਣੇ ਮੁਲਾਜ਼ਮ ਨੇ ਉਹਨਾਂ ਦੇ ਐਕਸਪੀਰੀਅੰਸ ਤੋਂ ਅਸੀਂ ਕਾਫੀ ਕੁਛ ਸਿੱਖਿਆ, ਅਤੇ ਆਪਾਂ ਇੱਕ ਨਵਾਂ ਇੱਕ ਕੰਬੀਨੇਸ਼ਨ ਬਣਾਈਏ ਆਮ ਸਿਵਲੀਅਨ ਅਤੇ ਪੁਲਿਸ ਦਾ, ਇੱਕ ਅੱਛਾ ਇੱਕ ਰਿਲੇਸ਼ਨ ਬਣਾ ਕੇ ਇੱਕ ਅੱਛਾ ਸਮਾਜ ਸਿਰਜੀਏ ਆਪਾਂ ਇੱਕ, ਜਿਹੜੀ ਆਪਣਾ ਬਚਪਨ ਦੇ ਵਿੱਚ ਸਾਡੇ ਟੀਚਰ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਦੇਸ਼ ਦਾ ਭਵਿੱਖ ਹੋ, ਅਤੇ ਆਪਾਂ ਵਾਕਈ ਦੇਸ਼ ਦਾ ਭਵਿੱਖ ਬਣੀਏ, ਅਤੇ ਜਿੰਨੇ ਮੁੰਡੇ ਕੁੜੀਆਂ ਆਪਣਾ ਪੁਲਿਸ ਦੀ ਜੋਬ ਦੇ ਬਾਰੇ ਵੇਟ ਕਰਦੇ ਪਏ ਸੀਗੇ, ਅਤੇ ਮੇਰੇ ਖਿਆਲ ਨਾਲ ਉਹਨਾਂ ਦੀਆਂ ਵੇਟ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਹੀ ਥੋੜ੍ਹੀ ਦੇਰ ਤੱਕ। ਅਤੇ ਇੱਕ ਜ਼ਰੂਰੀ ਗੱਲ, ਮੇਰਾ ਵੀਰ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ, ਮੇਰਾ ਵੀਰ ਜਾਂ ਭੈਣ ਜਾਂ ਕੋਈ ਵੀ ਬਜ਼ੁਰਗ ਦੇਖ ਰਹੇ ਆ, ਅਤੇ ਇਸ ਚੈਨਲ ਨੂੰ, ਸਾਡੇ ਚੈਨਲ ਨੂੰ, ਬ੍ਰਦਰ ਪ੍ਰਿੰਸ ਬ੍ਰਦਰ ਦੇ ਚੈਨਲ ਨੂੰ ਅਤੇ ਮੇਰੇ ਚੈਨਲ ਨੂੰ, ਦੋਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਪਲੀਜ਼। ਅਤੇ ਤੁਸੀਂ ਜੇ ਹੁਣ ਤੁਹਾਡੇ ਕੋਲ ਕੁਛ ਹੈ ਤਾਂ ਜੀ ਪਲੀਜ਼ ਜ਼ਰੂਰ ਤੁਸੀਂ ਬੋਲ ਸਕਦੇ ਹੋ, ਅਤੇ ਮੈਂ ਕਹਿੰਦਾ ਕਿ ਆਪਣੀ ਵੀਡੀਓ ਨੂੰ ਖਤਮ ਕਰੀਏ। ਹਾਂ, ਵੀਡੀਓ ਥੋੜ੍ਹੀ ਲੰਬੀ ਹੋ ਰਹੀ ਹੈ ਜੀ, ਅਤੇ ਤੁਸੀਂ ਵੀ ਮੇਰੇ ਭੈਣ ਭਰਾ ਕਾਨੂੰਨ ਦੇ ਵਿੱਚ
ਆਪਦੇ ਡਾਕੂਮੈਂਟਸ ਨੂੰ ਪੂਰਾ ਕਵਰ ਅਪ ਕਰਕੇ ਰੱਖਿਓ ਜੀ। ਐਂਡ ਜਿਸ ਨੂੰ ਵੀ ਜੋਬ ਦੀ ਲੋੜ ਆ ਬੇਝਿਜਕ ਬਾਲਾਜੀ ਜੋਬ ਪਲੇਸਮੈਂਟ ਸਰਵਿਸ ਕੋਲ ਆ ਸਕਦੇ ਹੋ। ਐਂਡ ਜੇ ਹੋਰ ਵੀ ਡਿਟੇਲ ਲੈਣਾ ਚਾਹੁੰਦੇ ਹੋ ਪੁਲਿਸ ਦੀ ਜੋਬਸ ਬਾਰੇ, ਪੁਲਿਸ ਦੀ ਨੌਕਰੀ ਬਾਰੇ, ਜਾਂ ਕਿਸ ਤਰੀਕੇ ਨਾਲ ਤੁਸੀਂ ਆਪਦੇ ਆਪ ਨੂੰ ਪ੍ਰਪੇਅਰ ਕਰਨਾ ਚਾਹੁੰਦੇ ਹੋ, ਕੁਛ ਨਵੇਂ ਬ੍ਰਾਵੋ ਸਿੰਘ ਦੇ ਸੀਕਰੇਟਸ ਨੂੰ ਵੀ ਜਾਣਨਾ ਚਾਹੁੰਦੇ ਹੋ, ਤਾਂ ਜ਼ਰੂਰ ਕਮੈਂਟ ਕਰਿਓ ਤਾਂ ਕਿ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਹਰ ਚੀਜ਼ ਕਲੀਅਰ ਕਰਕੇ ਹੀ ਦੇ ਸਕੀਏ ਜੀ। ਓਕੇ ਜੀ, ਧੰਨਵਾਦ, ਤੁਹਾਨੂੰ ਮਿਲਦੇ ਹਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ।